ਸਤਿ ਸ਼੍ਰੀ ਅਕਾਲ ਦੋਸਤੋ, ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਜੀ, ਅਕਾਲ ਜੀ, ਸਿਹਤ ਤਾਂ ਠੀਕ ਠਾਕ ਹੈ ਜੀ? ਠੀਕ ਠਾਕ ਬਾਈ। ਬਾਈ ਜੀ, ਜਿਵੇਂ ਅੱਜ ਕੱਲ੍ਹ MLAਆਂ ਦੇ ਜਵਾਕ ਹੋ ਗਏ ਜਾਂ ਕੋਈ ਤਕੜੇ ਮਿਨਿਸਟਰਾਂ ਦੇ ਮੁੰਡੇ ਨੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਉਹ ਥੋੜ੍ਹਾ ਜਿਹਾ ਮੰਡੀਰਖਾਨਾ ਇਕੱਠਾ ਕਰਕੇ ਹੀ ਅਤੇ ਹੁੱਲੜਬਾਜ਼ੀ ਕਰਦੇ ਆ, ਜਾਂ ਕਈ ਵਾਰੀ ਇਹਦੇ ਵਿੱਚ ਗਰੀਬ ਬੰਦਿਆਂ ਦਾ ਨੁਕਸਾਨ ਵੀ ਹੋ ਜਾਂਦਾ ਜੀ। ਕਿ ਜਿਹੜੇ ਪਿਛਲੇ ਸਮੇਂ ਜਿਵੇਂ ਆਪਾਂ ਕਹਾਣੀਆਂ ਸੁਣਾਉਂਦੇ ਹਾਂ ਆਪਣੇ ਦੋਸਤਾਂ ਨੂੰ, ਆਪਣੇ ਸਰੋਤਿਆਂ ਨੂੰ, ਵੀ ਪਿਛਲੇ ਸਮੇਂ ਦੇ ਵਿੱਚ ਵੀ ਐਵੇਂ ਦੇ ਜਵਾਕ ਹੁੰਦੇ ਸੀ ਰਾਜੇ ਮਹਾਰਾਜਿਆਂ ਦੇ, ਥੋੜ੍ਹੇ ਜਿਹੇ ਵੀ ਜਿਵੇਂ ਆਪਾਂ ਵੀ ਜ਼ਿਆਦਾ ਚਮਲਾਏ ਹੁੰਦੇ ਸੀ। ਇਹਦੇ ਬਾਰੇ ਅੱਜ ਚਾਨਣਾ ਪਾਓ ਕਿਸੇ ਗੱਲਬਾਤ ਦੇ ਰਾਹੀਂ। ਇਹਦੇ ਬਾਰੇ ਚਾਨਣਾ ਪਾਓ ਜੀ, ਕੋਈ ਗੱਲਬਾਤ ਸੁਣਾ ਕੇ। ਇਹਦੇ ਵਿੱਚ ਇਸ ਤਰ੍ਹਾਂ ਜੀ, ਜਿਵੇਂ ਤੁਸੀਂ ਗੱਲ ਕੀਤੀ, ਆਪਾਂ ਸਾਰਿਆਂ ਨੂੰ ਇੱਕ ਤਰਾਜੂ ਤਾਂ ਨਹੀਂ ਤੋਲਦੇ। ਹਾਂਜੀ ਬਿਲਕੁਲ। ਅੱਜ ਵੀ ਕੁਛ ਬੰਦੇ ਬਹੁਤ ਚੰਗੇ ਹੈਗੇ ਆ ਜੀ, ਉਹਨਾਂ ਦੇ ਬੱਚੇ ਵੀ ਚੰਗੇ ਆ ਜੀ, ਅਤੇ ਪੱਖ ਵੀ ਕਈ ਸੱਚਾਈ 'ਤੇ ਲੈਂਦੇ ਆ ਬਿਲਕੁਲ, ਅਤੇ ਕੁਛ ਹੈ ਮਤਲਬ ਜਿਹੜੇ ਬੱਚਿਆਂ ਦਾ ਪੱਖ ਕਰਦੇ ਆ ਜਾਂ ਕੋਈ ਉਸ ਤਰ੍ਹਾਂ ਧੌਂਸ ਵੀ ਜਮਾਉਂਦੇ ਜੀ। ਅਤੇ ਪੁਰਾਣੇ ਸਮੇਂ ਦੇ ਵਿੱਚ ਦੱਸਦੇ ਆ ਵੀ ਇੱਕ ਰਾਜਾ ਸੀਗਾ ਅਤੇ ਉਸਦਾ ਇੱਕ ਲੜਕਾ ਸੀਗਾ ਜੀ, ਅਤੇ ਉਹ ਜਦੋਂ ਨਿਸ਼ਾਨੇ ਸਿੱਖਦਾ ਸੀ ਨਾ, ਤੀਰ ਦੇ ਨਿਸ਼ਾਨੇ ਲਾਉਣ ਲੱਗਾ, ਨਿਸ਼ਾਨੇ ਸਿੱਖਦਾ ਸੀਗਾ, ਹਾਂਜੀ, ਤਾਂ ਉਹ ਖੂਹ ਦੇ ਉੱਤੇ ਚਲਾ ਜਾਇਆ ਕਰੇ। ਠੀਕ ਹੈ ਜੀ। ਅਤੇ ਖੂਹ ਦੇ ਉੱਤੇ ਉੱਪਰ ਮਣ ਦੇ ਉੱਪਰ ਐਂ ਭੌਣੀ ਬਣੀ ਹੁੰਦੀ ਸੀਗੀ, ਭੌਣੀ ਦੇ ਉੱਪਰ ਰੱਸਾ ਪਾਇਆ ਹੁੰਦਾ ਸੀ ਅਤੇ ਰੱਸੇ ਦੇ ਥੱਲੇ ਮਤਲਬ ਗਲ ਵਿੱਚ, ਤੌੜੇ ਦੇ ਗਲ ਵਿੱਚ ਪਾਇਆ ਹੁੰਦਾ ਸੀ ਰੱਸਾ ਉਹ ਜੀ। ਅਤੇ ਜਦੋਂ ਪਿੰਡਾਂ ਦੀਆਂ ਜਦੋਂ ਮਾਤਾ ਭੈਣਾਂ ਉੱਥੇ ਜਾ ਕੇ ਰੱਸੇ ਨੂੰ ਖਿੱਚਦੀਆਂ ਸੀ ਨਾ ਤੌੜਾ ਭਰ ਕੇ ਬਾਹਰ ਨੂੰ, ਤਾਂ ਜਦੋਂ ਤੌੜਾ ਤਾਂਹ ਨੂੰ ਆਉਂਦਾ ਸੀ ਤਾਂ ਉਹ ਨਿਸ਼ਾਨਾ ਹੀ ਉੱਥੇ ਸਿੱਖਦਾ ਸੀਗਾ ਵੀ ਮੈਂ ਤੁਰੇ ਆਉਂਦੇ ਤੌੜੇ ਦੇ ਉੱਤੇ ਐ ਨਿਸ਼ਾਨਾ ਲਾਉਣਾ। ਠੀਕ ਹੈ ਜੀ। ਦੂਰ ਖੜ ਕੇ ਮਾਰ, ਹਾਂ, ਐਂ ਮਨ 'ਤੇ ਬੈਠਾ ਹੁੰਦਾ ਸੀਗਾ ਅਤੇ ਤੌੜੇ ਨੇ ਤਾਂਹ ਨੂੰ ਤੁਰਿਆ ਆਉਣਾ ਤਾਂ ਉਹਨੇ ਐਂ ਨਿਸ਼ਾਨਾ ਲਾਉਣਾ। ਉਹ ਤੌੜੇ ਦੇ ਜਦੋਂ ਤੀਰ ਵੱਜਦਾ ਸੀ ਤਾਂ ਤੌੜੇ 'ਚ ਮੋਰੀ ਹੋ ਜਾਂਦੀ ਸੀ ਜੀ, ਘੜਾ ਜਿਹੜਾ ਸੀਗਾ ਉਹ ਮਤਲਬ ਕਰੈਕ ਹੋ ਜਾਂਦਾ ਸੀ। ਬੁੜੀਆਂ ਨੂੰ ਥੋੜ੍ਹਾ ਜਿਹਾ ਹੁੰਦਾ ਸੀ ਵੀ ਹੁਣ ਰਾਜੇ ਦਾ ਲੜਕਾ ਵੀ ਆਪਾਂ ਕੀ ਆਖੀਏ, ਚਲੋ ਚੁੱਪ ਕਰਕੇ ਆਪਦਾ ਘੜਾ ਹੋਰ ਲਿਆਉਂਦੀਆਂ ਸੀਗੀਆਂ। ਥੋੜ੍ਹਾ ਜਿਹਾ ਚਰਤਾ ਇਸ ਤਰ੍ਹਾਂ ਚੱਲਦਾ ਰਿਹਾ ਜੀ। ਇੱਕ ਦਿਨ ਕਿਤੇ ਬੁੜੀਆਂ ਨੇ ਇਕੱਠੀਆਂ ਹੋ ਕੇ ਆਖਿਆ ਵੀ ਆਪਾਂ ਕਮ ਸੇ ਕਮ ਰਾਜੇ ਨੂੰ ਜਾ ਕੇ ਆਖੀਏ ਤਾਂ ਸਹੀ, ਕੀ ਪਤਾ ਰਾਜਾ ਆਪਣੇ ਮੁੰਡੇ ਨੂੰ ਰੋਕ ਹੀ ਦੇਵੇ ਵੀ ਆਪਾਂ ਨੂੰ ਕੀ ਆਖੂਗਾ ਰਾਜਾ ਵੱਧ ਤੋਂ ਵੱਧ ਜੀ। ਤਾਂ ਬੁੜੀਆਂ ਇਕੱਠੀਆਂ ਹੋ ਕੇ ਨਾ ਅਤੇ ਰਾਜੇ ਦੇ ਪੇਸ਼ ਹੋ ਗਈਆਂ, ਕਹਿੰਦੀਆਂ ਮਹਾਰਾਜ ਜੀ ਸਾਡੀ ਇੱਕ ਕਰਜ਼ ਹੈ ਵੀ ਅਸੀਂ ਤਾਂ ਪਾਣੀ ਲੈਣ ਜਾਂਦੇ ਹਾਂ ਅਤੇ ਜਦੋਂ ਅਸੀਂ ਘੜੇ ਨੂੰ ਐਂ ਬਾਹਰ ਖਿੱਚਦੀਆਂ ਰੱਸੇ ਨੂੰ ਖਿੱਚ ਕੇ ਅਤੇ ਜਿਹੜਾ ਤੁਹਾਡਾ ਬੇਟਾ ਹੈ ਉਹ ਐਂ ਘੜੇ ਦੇ ਤੀਰ ਮਾਰ ਕੇ ਅਤੇ ਨਿਸ਼ਾਨੇ ਸਿੱਖਦਾ ਉੱਥੇ ਅਤੇ ਘੜੇ ਦੇ ਵਿੱਚ ਮੋਰੀਆਂ ਹੋ ਜਾਂਦੀਆਂ ਅਤੇ ਅਸੀਂ ਤਾਂ ਜਿਹੜੇ ਭਾਂਡੇ ਬਣਾਉਣ ਵਾਲੇ ਘੁਮਿਆਰ ਹੈਗੇ ਪਰ ਜੇ ਪਤਾ ਨਹੀਂ ਘਰੇ ਨਿਤੰਗੂ ਖੜੀਆਂ ਰਹਿੰਦੀਆਂ ਵੀ ਇਸ ਤਰ੍ਹਾਂ ਦਾ ਸਾਨੂੰ ਵੀ ਔਖਾ ਹੈਗਾ। ਅਤੇ ਰਾਜਾ ਕਹਿੰਦਾ ਕੋਈ ਗੱਲ ਨਹੀਂ ਵੀ ਆਪਾਂ ਮੁੰਡੇ ਨੂੰ ਆਖਾਂਗੇ। ਮੁੰਡੇ ਨੂੰ ਕਹਿਣ ਲੱਗਾ ਵੀ ਤੂੰ ਨਿਸ਼ਾਨੇ ਹੀ ਲਾਉਣੇ ਆ ਅਤੇ ਕਿਤੇ ਹੋਰ ਲਾ ਲਿਆ ਕਰ। ਹਾਂਜੀ। ਅਤੇ ਮੁੰਡਾ ਬੋਲਿਆ ਤਾਂ ਨਹੀਂ ਕੁਛ ਅਤੇ ਪਰ ਦੂਜੇ ਦਿਨ ਮੁੰਡਾ ਫਿਰ ਉਸੇ ਖੂਹ 'ਤੇ ਜਾ ਵੜਿਆ ਜੀ। ਜਦੋਂ ਫਿਰ ਨਿਸ਼ਾਨੇ ਲਾਉਣ ਲੱਗਾ ਉੱਥੇ ਤਾਂ ਬੁੜੀਆਂ ਫਿਰ ਕਹਿੰਦੀਆਂ ਮਹਾਰਾਜ ਜੀ ਵੀ ਅਸੀਂ ਤਾਂ ਆਖਿਆ ਸੀ ਵੀ ਤੁਸੀਂ ਕੁਛ ਆਖੋਗੇ ਅਤੇ ਤੁਸੀਂ ਬੇਟੇ ਨੂੰ ਕੁਛ ਆਖਿਆ ਹੀ ਨਹੀਂਗਾ। ਉਹ ਕਹਿੰਦਾ ਕੋਈ ਗੱਲ ਨਹੀਂ, ਮੈਂ ਆਖਿਆ ਤਾਂ ਸੀਗਾ, ਕੋਈ ਨਹੀਂ ਮੈਂ ਹੋਰ ਕਹਿੰਦਾ। ਬੇਟੇ ਨੂੰ ਕਹਿੰਦਾ ਵੀ ਤੂੰ ਇਹ ਕੰਮ ਛੱਡ ਦੇ ਜੀ। ਉਹ ਕਹਿੰਦਾ ਪਿਤਾ ਜੀ ਗੱਲ ਇਹ ਹੈ ਵੀ ਜਿਹੜੇ ਤੁਰੀ ਜਾਂਦੀ ਚੀਜ਼ 'ਤੇ ਨਿਸ਼ਾਨਾ ਲਾਉਣਾ ਨਾ ਇਹ ਕੁਛ ਚੀਜ਼ ਵੱਖਰੀ ਹੈ ਅਤੇ ਮੇਰੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਕੰਮ ਆਊਗੀ ਅਤੇ ਘੜੇ ਦਾ ਕੀ ਹੈ, 2-4 ਪੈਸਿਆਂ ਦਾ ਘੜਾ ਅਤੇ ਆਪਾਂ ਕੀਮਤ ਭਰਦਿਆ ਕਰੋ ਤੁਸੀਂ ਇਹ। ਉਹਨੇ ਸੋਚਿਆ ਵੀ ਗੱਲ ਤਾਂ ਹੁਣ ਬੇਟੇ ਦੀ ਵੀ ਠੀਕ ਹੈ, ਜੇ ਆਪਾਂ ਕੀਮਤ ਹੀ ਭਰਤੀ ਘੜੇ ਦੇ ਪੈਸੇ ਹੀ ਦੇਤੇ ਆਪਾਂ ਤਾਂ ਫਿਰ ਉਹਨਾਂ ਨੂੰ ਕੀ ਇਤਰਾਜ਼ ਹੋਊਗਾ, ਆਪਾਂ ਨਵੇਂ ਘੜੇ ਦੇ ਦਿਆ ਕਰਾਂਗੇ ਜੀ। ਤਾਂ ਉਹ ਜਦੋਂ ਭਰਨ ਗਏ ਅਤੇ ਉਹ ਫਿਰ ਕੰਮ ਚਲਾਤਾ ਉਹਨਾਂ ਨੇ, ਬੁੜੀਆਂ ਫਿਰ ਜਾਵੜੀਆਂ, ਉਹ ਕਹਿੰਦੇ ਵੀ ਘੜੇ ਤਾਂ ਤੁਸੀਂ ਸਾਨੂੰ ਦੇ ਦਿਓਗੇ, ਕਿੰਨੇ ਕੁ ਘੜੇ ਦੇ ਦੇਣਗੇ, ਖੀਰੀ ਘੜਿਆਂ ਵਾਲੇ ਵੀ ਹੱਥ ਖੜੇ ਕਰੀ ਜਾਂਦੇ ਆ ਵੀ ਸਾਥੋਂ ਵੀ ਨਹੀਂ ਇੰਨੇ ਬਣਦੇ ਗੇ। ਰਾਜੇ ਨੇ ਫਿਰ ਪਿੱਤਲ ਦੀਆਂ ਗਾਗਰਾਂ ਬਣਾਤੀਆਂ। ਠੀਕ ਹੈ ਜੀ। ਜਦੋਂ ਪਿੱਤਲ ਦੀਆਂ ਗਾਗਰਾਂ ਬਣਾਈਆਂ ਅਤੇ ਰਾਜੇ ਦਾ ਲੜਕਾ ਜਦੋਂ ਗਿਆ ਅਤੇ ਉਹ ਉੱਥੇ ਜਾ ਕੇ ਨਿਸ਼ਾਨੇ ਲਾਉਣ ਲੱਗਾ ਅਤੇ ਹੁਣ ਨਾਲ ਜਿਹੜਾ ਆਪਾਂ ਕਹਿ ਦਿੰਦੇ ਮੋਰੀ ਨਿਕਲਦਾ ਸਵਾਦ ਵੱਖਰਾ ਆਉਂਦਾ ਨਾ ਘੜੇ ਵਿੱਚ, ਨਿਸ਼ਾਨੇ ਦਾ ਤਾਂ ਹੈਗਾ ਹੀ ਹੈਗਾ। ਹਾਂਜੀ, ਜਿਹੜੀ ਉਹ ਮੋਰੀ ਨਿਕਲਦੀ ਉਹਦੀ ਖੁਸ਼ੀ ਥੋੜ੍ਹੀ ਵੱਧ ਹੁੰਦੀ ਆ ਵੀ ਕੱਢਤੀ ਮੋਰੀ ਬਈ। ਤਾਂ ਫਿਰ ਉਹ ਜਦੋਂ ਮੋਰੀਆਂ ਨਾ ਨਿਕਲੀਆਂ ਤਾਂ ਰਾਜੇ ਦਾ ਲੜਕਾ ਨਰਾਸਾ ਜਿਹਾ ਹੋ ਕੇ ਅਤੇ ਆ ਗਿਆ ਉੱਥੋਂ। ਉਹਦਾ ਇੱਕ ਦੋਸਤ ਸੀਗਾ ਲੁਹਾਰ ਦਾ, ਲੁਹਾਰਾਂ ਦਾ ਮੁੰਡਾ, ਠੀਕ ਹੈ, ਜਿਹੜੇ ਲੋਹੇ ਦਾ ਕੰਮ ਕਰਦੇ ਸੀ ਜੀ। ਉਹਨੂੰ ਕਹਿੰਦਾ ਮਿੱਤਰਾ ਗੱਲ ਇਹ ਆ ਵੀ ਮੇਰੇ ਜਿਹੜੇ ਤੂੰ ਪਹਿਲਾਂ ਵਾਲੇ ਤੀਰ ਬਣਾਏ ਆ ਨਾ ਉਹ ਘੜਿਆਂ ਦੇ ਉੱਤੇ ਤਾਂ ਬਹੁਤ ਕੰਮ ਕਰਦੇ ਸੀ,
ਪਰ ਹੁਣ ਦਾ ਆਖੇ ਬਾਪੂ ਨੇ ਪਿੱਤਲ ਦੀਆਂ ਗਾਗਰਾਂ ਬਣਵਾ ਦਿੱਤੀਆਂ ਅਤੇ ਮੈਨੂੰ ਕੋਈ ਇਹੋ ਜਿਹਾ ਤੀਰ ਬਣਾ ਕੇ ਦੇ ਵੀ ਇੱਕ ਤਾਂ ਪਿੱਤਲ ਦੇ ਵਿੱਚ ਖੁੱਭੇ ਉਹ ਅਤੇ ਦੂਜੀ ਗੱਲ ਹੈ ਵੀ ਉਹਦੇ ਤੀਰ ਦੇ ਅੱਗੇ ਸੂਏ ਲੱਗੇ ਹੋਣੇ ਚਾਹੀਦੇ ਸੱਤ ਵੀ ਅੱਗੇ ਤਾਂ ਇੱਕ ਮਾਰਦਾ ਸੀ ਇੱਕ ਮੋਰੀ ਨਿਕਲਦੀ ਹੈ ਅਤੇ ਹੁਣ ਸੱਤ ਮੋਰੀਆਂ ਨਿਕਲਣਾ ਹੁਣ ਲੁਹਾਰ ਨੇ ਬਣਾ ਕੇ ਦੇ ਦਿੱਤੀਆਂ ਉਹਦਾ ਦੋਸਤ ਸੀਗਾ ਵਧੀਆ ਲੋਹੇ ਦੇ ਜਦੋਂ ਗਿਆ ਉੱਥੇ ਖੂਹ ਦੇ ਮਨ 'ਤੇ ਖੜ੍ਹਾ ਅਤੇ ਗਾਗਰਾਂ ਨਵੀਆਂ ਅਤੇ ਜਦੋਂ ਬਾਹਰ ਨੂੰ ਖਿੱਚ ਕੇ ਲਿਆਉਣ ਲੱਗੀਆਂ ਅਤੇ ਤੀਰ ਉਹਦੇ ਬਣਾਏ ਹੋਏ ਸੀ ਜਿਹੜੀ ਗਾਗਰ ਦੇ ਮਾਰੇ ਸੱਤ ਮੋਰੀਆਂ ਜਿਹੜੀ ਗਾਗਰ ਦੇ ਮਾਰੇ ਸੱਤ ਮੋਰੀਆਂ ਉਹ ਅੱਠ ਦਸ ਬੁੜੀਆਂ ਫਿਰ ਗਾਗਰਾਂ ਨੂੰ ਲਿਜਾ ਕੇ ਅਤੇ ਰਾਜੇ ਦੇ ਪੇਸ਼ ਹੋ ਗਈਆਂ ਕਹਿੰਦੇ ਮਹਾਰਾਜ ਜੀ ਤੁਸੀਂ ਤਾਂ ਗਾਗਰਾਂ ਬਣਾ ਕੇ ਦਿੱਤੀਆਂ ਅੱਗੇ ਇੱਕ ਮਾਰਦਾ ਸੀ ਇੱਕ ਮੋਰੀ ਕੱਢਦੇ ਆ ਹੁਣ ਇੱਕ ਮਾਰ ਕੇ ਸੱਤ ਮੋਰੀਆਂ ਕੱਢਦਾ ਦੱਸੋ ਅਸੀਂ ਕਿੱਧਰ ਨੂੰ ਜਾਈਏ ਉਹਨੇ ਫਿਰ ਉਦੋਂ ਫਿਰ ਆਪਣੇ ਮੁੰਡੇ ਨੂੰ ਉਹਨੇ ਲੜਕੇ ਨੂੰ ਬਣੋਵਾਸ ਦਿੱਤਾ ਬਣੋਵਾਸ ਦੇਂਦੇ ਵੀ ਜਿਵੇਂ ਘਰੋਂ ਬਾਹਰ ਕੱਢ ਦਿੰਦੇ ਆ ਵੀ ਤੂੰ ਮੇਰੀ ਆਗਿਆ ਦਾ ਪਾਲਣ ਨਹੀਂ ਕਰਦਾ ਹੈਗਾ ਅਤੇ ਤੂੰ ਪਬਲਿਕ ਨੂੰ ਜਨਤਾ ਨੂੰ ਦੁਖੀ ਕਰਦਾ ਅਤੇ ਤੂੰ ਘਰੋਂ ਬਾਹਰ ਜਾਵੜਾ ਉਹਨੂੰ ਉੱਥੋਂ ਘਰੋਂ ਬਾਹਰ ਕੱਢਤਾ ਘਰੋਂ ਬਾਹਰ ਉਦੋਂ ਰਾਜਿਆਂ ਦੇ ਇੱਕ ਵਿਹਾਰ ਵੀ ਹੁੰਦੇ ਸੀਗੇ ਜਦੋਂ ਬਣੋਵਾਸ ਦਿੰਦੇ ਸੀ ਨਾ ਇਹਨੂੰ ਘਰੋਂ ਬਾਹਰ ਕੱਢਦੇ ਸੀਗੇ ਤਾਂ ਇੱਕ ਘੋੜਾ ਦੇ ਦਿੰਦੇ ਸੀ ਇੱਕ ਇਹਨੂੰ ਤਲਵਾਰ ਦੇ ਦਿੰਦੇ ਸੀ ਵੀ ਤੂੰ ਉਜਾੜ ਵੀ ਆ ਬਾਂਝ ਜਾਣਾ ਵੀ ਆਪਣੀ ਤੂੰ ਰੱਖਿਆ ਕਰ ਸਕੇ ਤਾਂ ਕਾਲੇ ਰੰਗ ਦੇ ਕੱਪੜੇ ਦਿੰਦੇ ਸੀ ਤਾਂ ਕਿ ਤੈਨੂੰ ਲੋਕਾਂ ਨੂੰ ਪਤਾ ਲੱਗੇ ਵੀ ਇਹਨੂੰ ਬਣੋਵਾਸ ਮਿਲਿਆ ਹੋਇਆ ਕਾਲੇ ਰੰਗ ਦੇ ਕੱਪੜੇ ਨੂੰ ਬਹੁਤ ਉਦੋਂ ਮਾੜਾ ਗਿਣਦੇ ਸੀਗੇ ਜਿਹਦੇ ਬਣੋਵਾਸ ਦਿੰਦੇ ਸੀ ਉਹੀ ਕਾਲਾ ਕੱਪੜਾ ਪਾਉਂਦਾ ਸੀ ਵਰਨਾ ਹੋਰ ਕੋਈ ਨਹੀਂ ਪਾਉਂਦਾ ਸੀ ਕਾਲੇ ਰੰਗ ਦੇ ਉਹਨੂੰ ਕੱਪੜੇ ਪਵਾ ਕੇ ਅਤੇ ਉਹਨੂੰ ਬਣੋਵਾ ਦਿੱਤਾ ਕਹਿੰਦਾ ਲੈ ਵੀ ਤੂੰ ਹੁਣ ਜਾ ਉਹ ਕਹਿੰਦਾ ਫਿਰ ਮੈਂ ਜਾਣਾ ਤਾਂ ਹੈਗਾ ਠੀਕ ਆ ਉਹਨੇ ਆਗਿਆ ਮੰਨ ਲਈ ਮੰਨਦੇ ਵੀ ਸੀ ਤਾਂ ਉਹਨੇ ਆਖਿਆ ਵੀ ਮੈਂ ਆਪਣੇ ਲੁਹਾਰ ਨੂੰ ਮਿਲ ਕੇ ਚੱਲਾਂ ਦੋਸਤ ਨੂੰ ਉਹ ਜਾ ਕੇ ਲੁਹਾਰ ਨੂੰ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਮੈਨੂੰ ਮੇਰੇ ਪਿਓ ਨੇ ਦੇ ਤਾ ਬਣੋਵਾਸ ਅਤੇ ਮੈਂ ਤਾਂ ਜਾਣਾ ਘਰੋਂ ਬਾਹਰ ਅਤੇ ਤੈਨੂੰ ਮਿਲਣਾ ਵੀ ਤੂੰ ਹੁਣ ਮੈਨੂੰ ਮਿਲ ਲਾ ਅਤੇ ਮੁੜ ਕੇ ਪਾਪਾ ਪਤਾ ਨਹੀਂ ਕਦੋਂ ਮਿਲਾਂਗੇ ਉਹ ਕਹਿੰਦਾ ਯਾਰ ਜੇ ਤੈਨੂੰ ਬਣੋਵਾਸ ਦੇ ਤਾ ਅਤੇ ਆਪਣਾ ਯਾਰੀ ਦੋਸਤੀ ਕਾਹਦੀ ਹੋਈ ਜੇ ਮੁਸੀਬਤ 'ਚ ਤੇਰੇ ਨਾਲ ਹੀ ਨਾ ਤੁਰੇ ਤਾਂ ਅਤੇ ਤੂੰ ਦਸ ਕੁ ਮਿੰਟ ਖੜ੍ਹ ਅਤੇ ਮੇਰਾ ਆਪਣਾ ਉਹ ਪੰਡਤਾਂ ਦਾ ਮੁੰਡਾ ਨੀਗਾ ਉਹ ਲਿਆਜੀ ਆ ਅਤੇ ਮੈਂ ਉਹਨੂੰ ਮਿਲਿਆ ਮਿਲਿਆ ਵਾਂ ਉਹ ਮੈਨੂੰ ਆਖੂਗਾ ਵੀ ਬਿਨਾਂ ਦੱਸੇ ਤੋਂ ਜਾਵੜਿਆ ਉਹਦੇ ਜਾ ਕੇ ਉਹਨਾਂ ਨੂੰ ਜਿਹੜਾ ਪੰਡਤਾਂ ਦਾ ਲੜਕਾ ਸੀ ਉਹਨੂੰ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਰਾਜੇ ਦੇ ਲੜਕੇ ਨੂੰ ਬਣੋਵਾਸ ਦੇ ਤੀ ਹੈ ਅਤੇ ਉਹ ਚੱਲਿਆ ਬਣੋਵਾਸ ਅਤੇ ਮੈਂ ਜਾਣਾ ਉਹਦੇ ਨਾਲ ਅਤੇ ਮਿਲਣਾ ਤਾਂ ਦੋ ਘੜੀਆਂ ਮਿਲ ਲਾ ਮੈਨੂੰ ਜੋ ਗੱਲਾਂ ਬਾਤਾਂ ਕਰਨੀਆਂ ਕਰ ਲਾ ਉਹ ਕਹਿੰਦਾ ਯਾਰ ਤੂੰ ਚੱਲਿਆ ਬਣੋਵਾਸ ਅਤੇ ਰਾਜੇ ਦਾ ਲੜਕਾ ਵੀ ਚੱਲਿਆ ਅਤੇ ਆਪਣੀ ਦੋਸਤੀ ਕਾਹਦੀ ਹੈ ਕਹਿੰਦਾ ਕਿ ਅਤੇ ਤੂੰ ਜੇ ਕਿਤੇ ਦਸ ਕੁ ਮਿੰਟ ਹੋਰ ਖੜ੍ਹ ਜਾ ਅਤੇ ਮੇਰਾ ਖੋਜੀਆਂ ਦਾ ਲੜਕਾ ਜਿਹੜਾ ਉਹ ਪੈੜਾਂ ਕੱਢਦੇ ਹੁੰਦੇ ਆ ਉਹਨਾਂ ਦਾ ਲੜਕਾ ਕਹਿੰਦਾ ਆਖੇ ਮੇਰਾ ਦੋਸਤ ਹੈ ਮੈਂ ਉਹਨੂੰ ਮਿਲਿਆ ਵਾਂ ਮੈਨੂੰ ਉਹ ਇਤਰਾਜ਼ ਕਰੂਗਾ ਵੀ ਮਿਲ ਕੇ ਨਹੀਂ ਗਿਆ ਹੈਗਾ ਤਿੰਨੇ ਜਣੇ ਇਕੱਠੇ ਹੋ ਗਏ ਅਤੇ ਖੋਜੀਆਂ ਦੇ ਲੜਕੇ ਕੋਲ ਜਾ ਵੜੇ ਜਾ ਕੇ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਭਰਾਵਾ ਜਿਹੜਾ ਮਿਲਣਾ ਮਿਲ ਲਾ ਰਾਜੇ ਨੇ ਬਣੋਵਾ ਦਿੱਤਾ ਅਤੇ ਅਸੀਂ ਜਾਣਾ ਕਹਿੰਦਾ ਜੇ ਤੁਸੀਂ ਜਾਣੇ ਤਾਂ ਮੈਂ ਵੀ ਤੁਹਾਡੇ ਨਾਲ ਹੀ ਜਾਂਦਾ ਉੱਥੋਂ ਜਾਣੀ ਚਾਰ ਜਣੇ ਹੋ ਗਏ ਜੀ ਚਾਰ ਜਣੇ ਜਦੋਂ ਰਾਜੇ ਦੀ ਜੂਹ 'ਚੋਂ ਬਾਹਰ ਨਿਕਲ ਗਏ ਰਾਜੇ ਦੀ ਜੂਹ 'ਚੋਂ ਬਾਹਰ ਜਿੱਥੇ ਮਰਜ਼ੀ ਜਿੱਥੇ ਜਿੱਥੇ ਰਾਜ ਦਾ ਰਾਜ ਆ ਉਨੇ ਥਾਂ 'ਚ ਨਹੀਂ ਰਹਿਣਾ ਹੁੰਦਾ ਉਹ ਤੋਂ ਬਾਅਦ ਰਹਿ ਸਕਦਾ ਜਿੱਥੇ ਮਰਜ਼ੀ ਰਾਜੇ ਦੀ ਜੂਹ ਦੇ ਵਿੱਚੋਂ ਉਹ ਤੀਜੇ ਚੌਥੇ ਦਿਨ ਬਾਹਰ ਨਿਕਲ ਗਏ ਜਦੋਂ ਉੱਥੋਂ ਬਾਹਰ ਨਿਕਲੇ ਨਾ ਅਤੇ ਅੱਗੇ ਕੀ ਦੇਖਦੇ ਆ ਵੀ ਇੱਕ ਖੋਜੀ ਹੈ ਅਤੇ ਉਹ ਪੈਡ ਕੱਢੀ ਜਾਂਦਾ ਹੈ ਅਤੇ ਇਹ ਪੁੱਛਣ ਲੱਗ ਪਏ ਵੀ ਕੀ ਕਰਦਾ ਤੂੰ ਯਾਰ ਇਸ ਤਰ੍ਹਾਂ ਕਰਕੇ ਨੀਵੀਂ ਜੀ ਪਾ ਕੇ ਕਦੇ ਉੱਥੇ ਵੇਹਣਾ ਕਦੇ ਉੱਥੇ ਵੇਹਣਾ ਉਹ ਕਹਿੰਦਾ ਵੀ ਮੇਰੀ ਗਾਂ ਗੁਆਚੀ ਨੂੰ ਡੇਢ ਸਾਲ ਹੋ ਗਿਆ ਹਾਂਜੀ ਅਤੇ ਕਹਿੰਦਾ ਉਹ ਥਿਆਈ ਨਹੀਂ ਅਤੇ ਕਹਿੰਦਾ ਮੈਨੂੰ ਕੰਮ ਸੀ ਮੈਂ ਥੋੜ੍ਹਾ ਜਿਹਾ ਕੰਮ 'ਚ ਬੀਜੀ ਰਿਹਾ ਕਹਿੰਦਾ ਅਤੇ ਮੈਂ ਕਹਿੰਦਾ ਪੈੜਾਂ ਪੂੜਾਂ ਕੱਢ ਲੈਂਦਾ ਹੂੰ ਅਤੇ ਹੁਣ ਕਹਿੰਦਾ ਮੈਨੂੰ ਵਿਹਲ ਮਿਲੀ ਆ ਅਤੇ ਕਹਿੰਦਾ ਹੁਣ ਮੈਂ ਆਪਦੀ ਗਾਂ ਜਿਹੜੀ ਉਹ ਲੱਭਣੀ ਹੈ ਡੇਢ ਸਾਲ ਬਾਅਦ ਵੀ ਐਂ ਪੈੜ ਦੇ ਪਿੱਛੇ ਪਿੱਛੇ ਤੁਰਿਆ ਜਾਊਂਗਾ ਮੈਂ ਹੁਣ ਉਹ ਪੈੜ ਮੈਂ ਤੋਰੀ ਜਾਂਦਾ ਗਾਂ ਨੂੰ ਅਖੇ ਉਹ ਖੋਜੀਆਂ ਦਾ ਮੁੰਡਾ ਸੀਗਾ ਉਹਨੂੰ ਦਿਲਚਸਪੀ ਸੀ ਕਿਉਂ ਉਹਦਾ ਪਿਓ ਵੀ ਕੰਮ ਕਰਦਾ ਸੀ ਉਹ ਕਹਿੰਦਾ ਵੀ ਇਹ ਪੈੜਾਂ ਕੱਢਣ ਦਾ ਜਿਹੜਾ ਕੰਮ ਹੈ ਹੋਰ ਵੀ ਕਿਸੇ ਨੂੰ ਸਿਖਾ ਦੇਗਾ ਕਹਿੰਦਾ ਵੀ ਜੇ ਤਾਂ ਹੋਵੇ ਖੋਜੀਆਂ ਦਾ ਮੁੰਡਾ ਉਹਨੂੰ ਤਾਂ ਮੈਂ ਸਿਖਾ ਦੂੰਗਾ 6 ਮਹੀਨਿਆਂ ਵਿੱਚ ਜੇ ਕੋਈ ਹੋਰ ਜਾਤ ਦਾ ਹੋਇਆ ਕਾਸਟ ਦਾ ਫਿਰ ਕਹਿੰਦਾ ਆਖੇ ਸਾਲ ਲੱਗ ਜੂਗਾ ਜੀ ਕਿਉਂ ਸਾਡੇ ਬੰਦੇ ਅੱਧੇ ਸਿੱਖੇ ਹੁੰਦੇ ਕਹਿੰਦਾ ਜਿਹੜੇ ਸਾਡੇ ਕਿਉਂ ਕੋਈ ਵੀ ਕੰਮ ਮੈਂ ਕੀਤਾ ਜਿਹੜੇ ਬੰਦੇ ਕਰਦੇ ਉਹ ਅੱਧੇ ਕੁ ਤਾਂ ਘਰ ਸਿੱਖੇ ਹੁੰਦੇ ਆ ਜੀ ਉਹ ਮੁੜ ਕੇ ਰਾਜੇ ਦੇ ਲੜਕੇ ਨੂੰ ਕਹਿੰਦਾ ਯਾਰ ਮੈਂ ਕੰਮ ਨਾ ਸਿੱਖ ਲਾਂ ਅਤੇ ਜੇ ਮੈਂ ਕੰਮ ਸਿੱਖ ਲਿਆ ਤੁਹਾਨੂੰ ਭਾਲ ਤਾਂ ਲਊਂਗਾ ਉਹ ਕਹਿੰਦਾ ਵੀ ਠੀਕ ਆ ਉੱਥੇ ਕੰਮ ਸਿੱਖਣ ਲੱਗ ਗਿਆ ਅੱਗੇ ਗਿਆ ਤਾਂ ਇੱਕ ਆਪਣਾ ਉੱਡਣ ਕਟੋਲਾ ਬਣਾਈ ਜਾਵੇ ਉੱਡਣ ਕਟੋਲੇ ਜਿਹੜੇ ਬਿਨਾਂ ਤੇਲ ਤੋਂ ਚੱਲਦੇ ਪਹਿਲਾਂ ਦੱਸਦੇ ਹੁੰਦੇ ਸੀਗੇ ਜੀ ਜੀ ਜਹਾਜ਼ ਵਾਂਗੂ ਅਤੇ ਉਹ ਬਣਾਈ ਜਾਵੇ ਅਤੇ ਪੁੱਛਣ ਲੱਗਾ ਕਿ ਮਿਸਤਰੀਆਂ ਦਾ ਮੁੰਡਾ ਕਿ ਇਹ ਕੀ ਬਣਾਉਣਾ ਤੂੰ ਕਹਿੰਦਾ ਉੱਡਣ ਕਟੋਲਾ ਕਹਿੰਦਾ ਇਹ ਹੋਰ ਵੀ ਕਿਸੇ ਨੂੰ ਸਿਖਾ ਦੇਗਾ
ਕਹਿੰਦਾ ਜੇ ਮਿਸਤਰੀਆਂ ਦਾ ਮੁੰਡਾ ਹੋਵੇ ਤਾਂ ਮੈਂ 6 ਮਹੀਨਿਆਂ 'ਚ ਸਿਖਾ ਦੂੰਗਾ ਜੀ। ਉਹ ਰਾਜੇ ਦੇ ਲੜਕੇ ਨੂੰ ਕਹਿੰਦਾ ਯਾਰ ਮੈਂ ਕੰਮ ਨਾ ਸਿੱਖ ਲਾਂ। ਕਹਿੰਦਾ ਕੋਈ ਗੱਲ ਨਹੀਂ ਸਿੱਖ ਲੈ। ਕਹਿੰਦਾ ਉਦੋਂ ਮੰਨਦੇ ਵੀ ਹੁੰਦੇ ਸੀ, ਹੁਣ ਵਾਲੇ ਤਾਂ ਕਹਿੰਦੇ ਪਿੰਡੋਂ ਤਾਂ ਸਾਡੇ ਨਾਲ ਆ ਗਿਆ, ਇੱਥੇ ਆ ਕੇ ਨਿਕਲੀ ਜਾਂਦਾ। ਕਹਿੰਦੇ ਠੀਕ ਹੈ ਜੀ, ਉੱਥੇ ਉਹ ਕੰਮ ਸਿੱਖਣ ਲੱਗ ਗਿਆ। ਠੀਕ ਹੈ। ਜਦੋਂ ਉਸ ਤੋਂ ਅੱਗੇ ਗਏ ਤਾਂ ਇੱਕ ਪੰਡਿਤ ਸੀਗਾ ਕੋਈ, ਅਤੇ ਉਹ ਹੱਡੀਆਂ ਇਕੱਠੀਆਂ ਕਰੀ ਜਾਵੇ ਜੀ, ਯਾਨੀ ਜਾਨਵਰ ਦੀਆਂ, ਪਸ਼ੂ ਗਾਂ ਦੀਆਂ। ਅਤੇ ਉੱਥੇ ਜਾ ਕੇ ਪੰਡਿਤਾਂ ਦਾ ਮੁੰਡਾ ਪੁੱਛਣ ਲੱਗ ਪਿਆ ਕਿ ਬਾਈ ਜੀ ਤੁਸੀਂ ਇਹ ਕੀ ਕਰਦੇ ਹੈ? ਉਹ ਕਹਿੰਦਾ ਮੇਰੀ ਗਾਂ ਮਰੀ ਨੂੰ 4-5 ਮਹੀਨੇ ਹੋ ਗਏ। ਕਹਿੰਦਾ ਠੀਕ ਹੈ ਜੀ, ਮੇਰੀ ਗਾਂ ਮਰੀ ਨੂੰ 4-5 ਮਹੀਨੇ ਹੋ ਗਏ, ਅਤੇ ਮੈਂ ਤਾਂ ਹੱਡੀਆਂ ਇਕੱਠੀਆਂ ਕਰੀ ਜਾਂਦਾ। ਮੈਂ ਸਾਰੀਆਂ ਹੱਡੀਆਂ ਜਦੋਂ ਇਕੱਠੀਆਂ ਹੋ ਗਈਆਂ ਨਾ, ਕਹਿੰਦਾ, ਅਤੇ ਕਹਿੰਦਾ ਮੈਂ ਇਹਦੇ 'ਚ ਜਾਨ ਪਾਉਣੀ ਹੈ, ਕਹਿੰਦਾ ਜਿਉਂਦੀ ਕਰ ਦੂੰਗਾ। ਕਹਿੰਦਾ ਅੱਛਾ। ਕਹਿੰਦਾ ਹਾਂ। ਕਹਿੰਦਾ ਇਹ ਵਿੱਦਿਆ ਹੋਰ ਵੀ ਕਿਸੇ ਨੂੰ ਸਿਖਾ ਦਿਓਗੇ? ਕਹਿੰਦਾ ਜੇ ਪੰਡਿਤਾਂ ਦਾ ਮੁੰਡਾ ਹੋਵੇ ਤਾਂ ਮੈਂ 6 ਮਹੀਨੇ 'ਚ ਸਿਖਾ ਦੂੰਗਾ ਜੀ। ਉਹ ਪੰਡਿਤਾਂ ਦਾ ਮੁੰਡਾ ਉੱਥੇ ਰਹਿ ਗਿਆ, ਜਿਹੜਾ ਰਾਜੇ ਦਾ ਲੜਕਾ ਸੀ ਉਹ ਇਕੱਲਾ ਰਹਿ ਗਿਆ। ਇਕੱਲਾ ਰਹਿ ਗਿਆ ਫਿਰ। ਠੀਕ। ਹੁਣ ਜਿਹੜਾ ਰਾਜੇ ਦਾ ਲੜਕਾ ਸੀ ਨਾ, ਇਹਦਾ ਇੱਕ ਅਸੂਲ ਸੀਗਾ ਵੀ ਜਦੋਂ ਰੋਟੀ ਖਾਂਦੇ ਸੀ ਨਾ ਕਿਤੇ ਵੀ, ਉਹ ਇਕੱਠੇ ਬਹਿ ਕੇ ਖਾਂਦੇ ਸੀ ਨਾ, ਚਾਰਾਂ ਦਾ ਹੀ ਵੈਸੇ ਤਾਂ ਅਸੂਲ ਸੀਗਾ ਵੀ ਜਦੋਂ ਰੋਟੀ ਖਾਂਦੇ ਸੀ ਉਹ ਬੁਰਕੀ ਤੋੜ ਕੇ ਕਹਿੰਦੇ ਸੀ ਵੀ ਆਹ ਖੋਜੀਆਂ ਦੇ ਮੁੰਡੇ ਦੀ ਹੈ, ਆਹ ਪੰਡਤਾਂ ਦੇ ਮੁੰਡੇ ਦੀ ਹੈ, ਆਹ ਰਾਜੇ ਦੇ ਮੁੰਡੇ ਦੀ ਹੈ, ਆਹ ਲੁਹਾਰਾਂ ਦੇ ਮੁੰਡੇ ਦੀ ਹੈ। ਮੁੜ ਕੇ ਇਸ ਤਰ੍ਹਾਂ ਇਕੱਠੀਆਂ ਕਰਕੇ ਖਾ ਲੈਂਦੇ ਸੀ। ਠੀਕ। ਜਦੋਂ ਉਹ ਇਕੱਲੇ ਇਕੱਲੇ ਹੋ ਗਏ ਅਤੇ ਜਿਹੜਾ ਰਾਜੇ ਦਾ ਲੜਕਾ ਸੀ ਇਹ ਘਰੋਂ ਪੈਸੇ ਪੂਸੇ ਵੀ ਇਹਨੂੰ ਮਿਲੇ ਸੀਗੇ ਜੀ, ਵੀ ਇੰਨੇ ਕੁ ਪੈਸੇ ਤੂੰ ਲਿਜਾ ਸਕਦਾ। ਅਤੇ ਇਹਦਾ ਖਿਆਲ ਇਹ ਸੀਗਾ ਵੀ ਮੈਂ ਜਿੱਥੇ ਰੋਟੀ ਖਾਣੀ ਹੈ, ਉਹਨਾਂ ਨੂੰ ਦੱਸਿਆ ਸੀ ਵੀ ਮੈਂ ਜਿੱਥੇ ਰੋਟੀ ਖਾਊਂਗਾ ਨਾ ਮੈਂ ਤੁਹਾਡੇ ਨਾਂ ਦੀ ਰੋਟੀ ਕੱਢਿਆ ਕਰੂੰਗਾ, ਵੀ ਫਿਰ ਖਾਇਆ ਕਰੂੰਗਾ, ਯਾਨੀ ਇੱਕ ਦੂਜੇ ਦਾ ਭੇਤ ਸੀ ਇਹਨਾਂ ਨੂੰ। ਉੱਥੇ ਅੱਗੇ ਗਿਆ ਅਤੇ ਰਾਜੇ ਦਾ ਲੜਕਾ ਇੱਕ ਸ਼ਹਿਰ 'ਚ ਗਿਆ ਅਤੇ ਉੱਥੇ ਨੂੰ ਨਾ ਰਾਜੇ ਦਾ ਲੜਕਾ ਜਦੋਂ ਅੱਗੇ ਗਿਆ ਨਾ ਕਿਤੇ ਅਤੇ ਉਹਨੂੰ ਇੱਕ ਥਾਂ 'ਤੇ ਰਾਤ ਪੈ ਗਈ। ਠੀਕ ਹੈ। ਰਾਤ ਪੈ ਗਈ ਅਤੇ ਉੱਥੇ ਇੱਕ ਪਿੱਪਲ ਦਾ ਦਰਖਤ ਸੀਗਾ। ਹਾਂਜੀ। ਅਤੇ ਪਿੱਪਲ ਦੇ ਦਰਖਤ ਦੇ ਨੇ ਆਖਿਆ ਵੀ ਉੱਤੇ ਚੜ੍ਹ ਕੇ ਪੈ ਜਾਈਏ, ਥੱਲੇ ਕੋਈ ਸ਼ੇਰ ਸ਼ੂਰ ਨਾ ਆ ਜਾਵੇ, ਆਪਾਂ ਤਾਂ ਪੈ ਜਾਂਦੇ ਹਾਂ। ਉੱਪਰ ਚੜ੍ਹ ਕੇ ਤਾਂ ਹਜੇ ਜਾਗਦਾ ਹੀ ਹੈ, ਅੱਧੀ ਕੁ ਰਾਤ ਦਾ ਟਾਈਮ ਹੋਇਆ, ਕਿੱਥੇ ਨੀਂਦ ਆਉਂਦੀ। ਆਖਿਰ ਨੀਂਦ ਆ ਗਈ ਤਾਂ ਆਪਾਂ ਦਰਖਤ ਦੇ ਉੱਤੋਂ ਡਿੱਗਾਂਗੇ। ਉਹਨੇ ਆਖਿਆ ਬਹਿ ਕੇ ਰਾਤ ਕੱਟ ਲੈਂਦੇ ਹਾਂ, ਪਿੱਪਲ ਦੇ ਟਾਹਣੇ ਦੇ ਉੱਤੇ ਬੈਠਾ। ਜਦੋਂ ਅੱਧੀ ਕੁ ਰਾਤ ਹੋਈ ਨਾ ਤਾਂ ਉੱਥੋਂ ਇੱਕ ਸੱਪ ਨਿਕਲਿਆ ਥੱਲੋਂ, ਥੱਲੇ ਇੱਕ ਬੌਲੀ ਸੀਗੀ, ਬੌਲੀ ਮਤਲਬ ਉਹਦੀਆਂ ਪੌੜੀਆਂ ਥੱਲੇ ਨੂੰ ਜਾਂਦੀਆਂ ਸੀਗੀਆਂ, ਉਹ ਪਾਣੀ ਵਿੱਚ ਦੇ ਪਾਣੀ ਸੀ। ਉੱਥੋਂ ਇੱਕ ਸਰਪ ਨਿਕਲਿਆ, ਸੱਪ ਦੇ ਮਣੀ ਵਾਲਾ ਸੱਪ ਸੀਗਾ, ਉਹਨੇ ਮਣੀ ਸੀ ਜਿਹੜੀ ਐਂ ਰੱਖੀ, ਜਿੱਥੇ ਮਣੀ ਰੱਖਤੀ ਨਾ ਉਹਨੇ, ਉੱਥੋਂ ਦੂਰ ਦੂਰ ਤੱਕ ਚਾਨਣਾ ਹੋ ਗਿਆ ਉਸ ਮਣੀ ਦਾ, ਜੀ ਚਾਰ ਫੇਰੇ ਚਾਨਣਾ ਹੋ ਗਿਆ। ਮਣੀ ਰੱਖ ਕੇ ਸੱਪ ਹਵਾ ਹੁਵਾ ਖਾਣ ਜਾ ਵੜਿਆ, ਇੱਧਰ ਕਿਤੇ ਉੱਧਰ ਆਪਦਾ ਗੇੜੇ ਕੱਢਣ ਲੱਗ ਗਿਆ। ਹੁਣ ਰਾਜੇ ਦਾ ਲੜਕਾ ਉਹ ਕੌਤਕ ਵੇਖੀ ਜਾਂਦਾ ਵੀ ਇਹ ਚੀਜ਼ ਬਹੁਤ ਵਧੀਆ ਹੈ ਜਿਹਦਾ ਇੰਨੀ ਦੂਰ ਦੂਰ ਤੱਕ ਚਾਨਣਾ, ਅਤੇ ਇਹ ਆਪਾਂ ਨੂੰ ਕਿਸੇ ਤਰੀਕੇ ਦੇ ਨਾਲ ਮਿਲ ਸਕਦੀ, ਆਪਾਂ ਕੋਈ ਉਹੋ ਜਿਹੀ ਬੈਦ ਬਣਾਉਂਦੇ ਹਾਂ ਅਤੇ ਕੱਲ੍ਹ ਨੂੰ ਕਰਾਂਗੇ ਇਹਦਾ ਇਲਾਜ। ਉੱਧਰੋਂ ਬਾਅਦ ਸੱਪ ਜਦੋਂ ਘੰਟੇ ਦੋ ਘੰਟੇ ਬਾਅਦ ਗੇੜਾ ਕੱਢ ਕੇ ਆਇਆ ਅਤੇ ਉਹ ਮਣੀ ਨੂੰ ਉਹਨੇ ਮੂੰਹ ਵਿੱਚ ਪਾਇਆ ਅਤੇ ਫਿਰ ਉਹ ਪਾਣੀ ਦੇ ਵਿੱਚ ਵੜ ਗਿਆ। ਰਾਜੇ ਦਾ ਲੜਕਾ ਫਿਰ ਉੱਥੋਂ ਅੱਗੇ ਕੋਈ ਸ਼ਹਿਰ ਸੀ ਨੇੜੇ, ਉਹ ਸ਼ਹਿਰ ਦੇ ਵਿੱਚ ਚਲਾ ਗਿਆ। ਭੁੱਖ ਲੱਗੀ ਸੀ ਉਹਨੂੰ, ਪਹਿਲਾਂ ਤਾਂ ਉਹਨੇ ਜਾ ਕੇ ਕਿਸੇ ਹੋਟਲ ਵਾਲੇ ਨੂੰ ਕਿਹਾ ਜੀ ਮੈਂ ਰੋਟੀ ਖਾਣੀ ਹੈ। ਕਹਿੰਦੇ ਜੀ ਖਾ ਲਓ। ਕਿੰਨੇ ਪੈਸੇ ਹੈ? ਉਦੋਂ 2-4 ਪੈਸੇ ਹੁੰਦੇ ਸੀ ਥਾਲੀ ਦੇ ਜੀ। ਕਹਿੰਦਾ ਜੀ ਮੈਨੂੰ ਤੁਸੀਂ 4 ਥਾਲੀਆਂ ਦੇ ਦਿਓ। ਕਹਿੰਦੇ ਜੀ ਬੰਦਾ ਤਾਂ ਤੁਸੀਂ ਇਕੱਲੇ ਹੀ ਹੋ। ਕਹਿੰਦਾ ਮੈਨੂੰ 4 ਥਾਲੀਆਂ ਦਿਓ। ਉਹਨਾਂ ਨੇ 4 ਥਾਲੀਆਂ ਰੋਟੀਆਂ ਦੀਆਂ ਰੋਟੀਆਂ ਪਾ ਕੇ ਫੜਾਤੀਆਂ। ਕਹਿੰਦੇ ਆਹ 3 ਥਾਲੀਆਂ ਕਿਸੇ ਸਾਧੂ ਮਹਾਤਮਾ ਨੂੰ ਖਵਾ ਦਿਓ, ਪੈਸੇ ਮੈਂ ਇਹਦੇ ਦੇ ਦਿੰਦਾ। ਚੌਥੀ ਥਾਲੀ ਉਹਨੇ ਆਪ ਖਾਧੀ, 3 ਉਹਨਾਂ ਭਰਾਵਾਂ ਦੇ ਨਾਂ ਦੀਆਂ ਕੱਢਤੀਆਂ। ਉੱਥੋਂ ਫਿਰ ਆਇਆ ਇੱਕ ਲੁਹਾਰ ਕੋਲ, ਸ਼ਹਿਰ 'ਚ ਲੁਹਾਰ ਵੇਖਿਆ ਕੋਈ, ਲੁਹਾਰ ਨੂੰ ਮਿਲਿਆ। ਕਹਿੰਦਾ ਆਓ ਜੀ ਬਾਦਸ਼ਾਹ ਦੇ ਲੜਕੇ ਨੂੰ। ਕਹਿੰਦਾ ਲਓ। ਬਾਦਸ਼ਾਹ ਦਾ ਲੜਕਾ ਕਹਿੰਦਾ ਜੀ ਗੱਲ ਇਹ ਹੈ ਵੀ ਮੈਨੂੰ ਇੱਕ ਤੁਸੀਂ ਇਹੋ ਜਿਹੀ ਚੀਜ਼ ਬਣਾ ਕੇ ਦਿਓ ਜਿਵੇਂ ਆਪਣਾ ਬੱਠਲ ਹੁੰਦਾ, ਲੋਹੇ ਦਾ ਕੜਾਹੀਆ, ਉਹਦੇ ਥੱਲੇ 5-7 ਸੂਏ ਲੱਗੇ ਹੋਣੇ ਚਾਹੀਦੇ ਹੈ ਵੀ ਜਦੋਂ ਉਹ ਚੀਜ਼ ਹੈ ਉੱਤੋਂ ਡਿੱਗੇ ਸੂਏ ਖੁੱਭ ਜਾਣ ਜੀ। ਉਹਦੇ ਉੱਪਰ ਵੀ ਸੂਏ ਲੱਗੇ ਹੋਣੇ ਚਾਹੀਦੇ ਹੈ ਵੀ ਜੇ ਉਹ 'ਤੇ ਸੱਪ ਐਂ ਡੰਗ ਡੁੰਗ ਮਾਰੇ ਤਾਂ ਡੰਗ ਡੁੰਗ ਮਾਰ ਕੇ ਮਰ ਜੇ। ਉਹਦੇ ਉੱਪਰ ਸੈਂਟਰ ਦੇ ਵਿੱਚ ਕੁੰਡਾ ਲੱਗਾ ਹੋਵੇ, ਉਹਦੇ ਉੱਪਰ ਐਂ ਜੰਜੀਰ ਲੱਗੀ ਹੋਣੀ ਚਾਹੀਦੀ ਹੈ ਸੰਗਲੀ, ਜਿੰਨਾ ਕੁ ਉਹਨੇ ਟਾਹਣਾ ਉੱਚਾ ਦੇਖਿਆ ਸੀਗਾ ਉੱਡੀ ਉੱਚੀ ਉਹਨੇ ਸੰਗਲੀ ਲਵਾ ਲਈ ਵੀ 1 ਫੁੱਟ ਦੀ ਸੰਗਲੀ ਲੱਗੀ ਚਾਹੀਦੀ। ਉਹ ਬਣਵਾ ਕੇ ਬੱਠਲ ਉੱਥੋਂ ਅਤੇ ਉੱਥੇ ਚਲਿਆ ਗਿਆ ਜੀ। ਉਸੇ ਟਾਹਣੇ 'ਤੇ ਜਾ ਕੇ ਬਹਿ ਗਿਆ, ਘੋੜਾ ਇਹਨੇ ਸਾਈਡ 'ਤੇ ਬੰਨਤਾ ਬੰਨਤਾ ਅਤੇ ਉੱਥੇ ਹੁਣ ਉਹ ਹੀ ਅੱਧੀ ਰਾਤ ਹੋਈ ਜਦੋਂ ਸਰਪ ਨਿਕਲਿਆ, ਉਹਨੇ ਮਣੀ ਰੱਖੀ। ਜਦੋਂ ਮਣੀ ਰੱਖੀ ਚਾਨਣਾ ਹੋ ਗਿਆ ਆਸੇ ਪਾਸੇ, ਸਰਪ ਸੀ ਜਿਹੜਾ ਬੜੀ ਦੂਰ ਚਲਾ ਗਿਆ। ਉਹਨੇ ਹੌਲੀ ਹੌਲੀ ਜੰਜੀਰ ਸੀ ਜਿਹੜੀ ਛੱਡਣੀ ਸ਼ੁਰੂ ਕਰਤੀ, ਇੱਕਦਮ ਜਦੋਂ ਐਂ ਜੰਜੀਰ ਥੱਲੇ ਛੱਡੀ ਅਤੇ ਮਣੀ ਦੇ ਉੱਤੇ ਟੈਗੀ, ਮਣੀ ਥੱਲੇ ਵਿੱਚ ਉਹਦੇ ਨੱਪੀ ਗਈ, ਘੇਰੇ 'ਚ ਆ ਗਈ।
ਆਸੇ ਪਾਸੇ ਸੂਏ ਲੱਗੇ ਸੀ। ਜਦੋਂ ਹੁਣ ਹਨੇਰਾ ਹੋਇਆ ਤਾਂ ਸੱਪ ਭੱਜਿਆ ਆਪਦੀ ਮਣੀਆਂ ਲਈ ਵੀ ਹਨੇਰਾ ਕਿਵੇਂ ਹੋ ਗਿਆ। ਸੱਪ ਜਦੋਂ ਭੱਜਿਆ ਆਇਆ ਆ ਕੇ ਵੇਖਿਆ ਤਾਂ ਉੱਥੇ ਉਹ ਡੰਗ ਮਾਰਦਾ, ਡੰਗ ਮਾਰ ਮਾਰ ਕੇ ਉਹਦੇ ਸੱਪ ਦੇ ਜ਼ਖਮ ਹੋ ਗਏ ਸੂਇਆਂ ਦੇ ਉੱਤੇ ਅਤੇ ਸੱਪ ਦੀ ਉਹਦੀ ਮੌਤ ਹੋ ਗਈ। ਜਦੋਂ ਸੱਪ ਦੀ ਮੌਤ ਹੋ ਗਈ ਤਾਂ ਉਹ ਵੀ ਬੇਫਿਕਰਾ ਹੋ ਗਿਆ। ਉਹਨੇ ਆਖਿਆ ਹੁਣ ਰਾਤ ਨੂੰ ਤਾਂ ਆਪਾਂ ਕੀ ਕਰਨਾ, ਮਾੜਾ ਜਿਹਾ ਦਿਨ ਚੜੂਗਾ ਤੜਕੇ ਟਾਣੇ ਤੋਂ ਉੱਤਰ ਕੇ ਚੱਕਾਂਗੇ, ਰਾਤ ਨੂੰ ਕੋਈ ਹੋਰ ਜਾਨਵਰ ਨਾ ਆ ਜਾਏ। ਜਦੋਂ ਤੜਕੇ ਪੈਰ ਦਾ ਤੜਕਾ ਹੋਇਆ, ਮਾੜਾ ਜਿਹਾ ਚਾਨਣਾ ਜਿਹਾ ਹੋਇਆ ਅਤੇ ਉਹ ਦਰਖਤ ਤੋਂ ਥੱਲੇ ਉੱਤਰਿਆ ਪਿੱਪਲ ਤੋਂ, ਮੱਠਲ ਚੱਕ ਕੇ ਪਾਸੇ ਰੱਖਿਆ ਅਤੇ ਜਿਹੜੀ ਮਣੀ ਸੀ ਉਹਨੇ ਹੱਥ ਵਿੱਚ ਲੈ ਲਈ। ਹੱਥ ਵਿੱਚ ਜਦੋਂ ਮਣੀ ਲੈ ਲਈ ਉਹਨੇ ਅਤੇ ਉਹਨੇ ਆਖਿਆ ਵੀ ਇਹ ਪਾਣੀ ਹੈਗਾ ਵੀ ਪਾਣੀ ਪੀਏ, ਬੋਲੀ ਸੀ ਨਾ ਉਹ ਪੌੜੀਆਂ ਥੱਲੇ ਉੱਤਰਦੀਆਂ ਸੀ। ਮਣੀ ਇੱਕ ਇਹੋ ਜਿਹੀ ਚੀਜ਼ ਆ ਉਹ ਪਾਣੀ ਰਸਤਾ ਛੱਡ ਦਿੰਦਾ, ਪਾਣੀ ਵੀ ਰਾਹ ਦੇ ਦਿੰਦਾ। ਉਹਦੇ ਹੱਥ ਵਿੱਚ ਮਣੀ ਜਦੋਂ ਉਹ ਮਾੜਾ ਜਿਹਾ ਥੱਲੇ ਹੋਵੇ ਪਾਣੀ ਇੱਕ ਪੌੜੀ ਥੱਲੇ, ਜਦੋਂ ਉਹ ਥੱਲੇ ਹੋਵੇ ਪਾਣੀ ਇੱਕ ਪੌੜੀ ਥੱਲੇ, ਉਹ ਕਾਫੀ ਪੌੜੀਆਂ ਜਣੀ ਥੱਲੇ ਉੱਤਰ ਗਿਆ ਤਾਂ ਪਾਣੀ ਨੂੰ ਚੀਰਦੀ ਪਾਣੀ ਰਾਹ ਛੱਡਦਾ ਗਿਆ। ਜਦੋਂ ਕਾਫੀ ਪੌੜੀਆਂ ਥੱਲੇ ਉੱਤਰ ਗਿਆ ਤਾਂ ਅੱਗੇ ਕੀ ਦੇਖਦਾ ਵੀ ਇੱਕ ਮਕਾਨ ਹੈ। ਉਸ ਮਕਾਨ ਦੇ ਐਂ ਜਦੋਂ ਅੰਦਰ ਦਾਖਲ ਹੋਇਆ, ਉਸ ਘਰੇ ਵੜਿਆ ਅਤੇ ਅੱਗੇ ਇੱਕ ਕਮਰਾ ਹੈ। ਕਮਰੇ 'ਚ ਕੀ ਦੇਖਦਾ, ਉਹ ਵਿਹੜੇ ਦੇ ਵਿੱਚ ਇੱਕ ਲੜਕੀ ਹੈ ਜਣੀ 15-16 ਸਤਾਰਾਂ ਸਾਲ ਦੀ। ਉਹਨੂੰ ਦੇਖ ਕੇ ਤਾਂ ਪਹਿਲੇ ਉਹ ਹੱਸੀ, ਹੱਸ ਕੇ ਮੁੜ ਕੇ ਫਿਰ ਉਹ ਰੋਣ ਲੱਗ ਪਈ। ਉਹ ਕਹਿੰਦਾ ਵੀ ਮੈਨੂੰ ਇਹ ਦੱਸ, ਸਭ ਤੋਂ ਪਹਿਲਾਂ ਮੈਨੂੰ ਦੇਖ ਕੇ ਹੱਸੀ ਕਿਉਂ ਅਤੇ ਰੋਈ ਕਿਉਂ? ਉਹ ਕਹਿੰਦੀ ਹੱਸੀ ਮੈਂ ਇਸ ਕਰਕੇ ਹਾਂ ਵੀ ਮੇਰੀ 16-17 ਸਾਲ ਦੀ ਉਮਰ ਹੋ ਗਈ ਵੀ ਮੈਂ ਬੰਦੇ ਦੇ ਦਰਸ਼ਨ ਨਹੀਂ ਕੀਤੇ ਅੱਜ ਤੀਕ। ਰੋਈ ਮੈਂ ਤਾਂ ਵੀ ਜਿਹੜਾ ਮੇਰਾ ਪਿਓ ਹੈ ਬਾਸ਼ਕ ਨਾਗ ਹੈ, ਵੀ ਜਦੋਂ ਆਇਆ ਉਹ ਤੈਨੂੰ ਖਾ ਜੂਗਾ। ਉਹ ਕਹਿੰਦਾ ਬਾਸ਼ਕ ਨਾਗ ਕੀ ਹੁੰਦਾ? ਆਖੇ ਉਹ ਸਰਪ ਆ ਕੇ ਦੇਹੀ ਬਦਲ ਲੈਂਦਾ, ਉਹਦਾ ਸੱਪ ਦੀ ਦੇਹ 'ਚ ਜਾ ਵੜਦਾ ਅਤੇ ਕਦੇ ਬੰਦੇ ਦੀ ਦੇਹ 'ਚ ਆ ਜਾਂਦਾ। ਆਖੇ ਉਹਨੂੰ ਤਾਂ ਮੈਂ ਮਾਰਿਆ ਜਾਂਦਾ। ਆਖੇ ਕਿੱਥੇ? ਆਖੇ ਬਾਹਰ ਰੱਖ ਗਿਆ ਸੀ, ਆਖੇ ਬੋਲੀ ਦੇ ਉੱਪਰ, ਆਖੇ ਉੱਥੇ ਮਾਰਦਾ। ਆਖੇ ਜੇ ਤੂੰ ਉਹਨੂੰ ਮਾਰ ਕੇ ਆਇਆ ਨਾ ਤਾਂ ਮੈਨੂੰ ਉਹਦੀ ਮਣੀ ਵਿਖਾ। ਆਖੇ ਉਹਦੇ ਕੋਲ ਤਾਂ ਮਣੀ ਆ। ਆਖੇ ਜਦੋਂ ਉਹਨੇ ਮਣੀ ਵਿਖਾਈ, ਆਖੇ ਮਣੀ ਤਾਂ ਸੀ। ਫਿਰ ਕਹਿੰਦੀ ਵਾਕਈ ਮਾਰਤਾ ਤੂੰ? ਆਖੇ ਕਹਿੰਦਾ ਫਿਰ ਹੁਣ, ਕਹਿੰਦਾ ਫਿਰ ਹੁਣ ਇੱਥੇ ਮੇਰੇ ਪਿਓ ਨੂੰ ਤਾਂ ਡਰਦਾ ਕੋਈ ਬੰਦਾ ਨੇੜੇ ਨਹੀਂ ਆਉਂਦਾ ਸੀਗਾ, ਵੀ ਦੂਰ ਦੂਰ ਤੱਕ ਉਹ ਖਾ ਜਾਂਦਾ ਸੀਗਾ। ਅਤੇ ਆਪਾਂ ਹੁਣ ਇੱਥੇ ਜਿਵੇਂ ਅੱਗ ਹੈ, ਪਾਣੀ ਹੈ, ਆਪਾਂ ਇਸ ਚੀਜ਼ ਇਹ ਅੱਗ ਦੇਵਤਾ, ਪਾਣੀ ਦੇਵਤਾ, ਆਪਾਂ ਇਹਨਾਂ ਚੀਜ਼ਾਂ ਦੀ ਗਵਾਹੀ ਮੰਨ ਕੇ ਅਤੇ ਇੱਕ ਦੂਜੇ ਦੇ ਇੱਥੋਂ ਫੁੱਲਾਂ ਦੇ ਹਾਰ ਬਣਾ ਕੇ ਪਾ ਦਿੰਦੇ ਅਤੇ ਆਪਣਾ ਵਿਆਹ ਆ ਜੂਗਾ ਜੀ। ਉਹਨੇ ਆਖਿਆ ਵੀ ਠੀਕ ਹੈ, ਚਲੋ ਜੀ। ਉੱਥੇ ਉਹਨਾਂ ਨੇ ਵਿਆਹ ਕਰਾ ਲਿਆ ਅਤੇ ਰਹਿਣ ਲੱਗ ਪਏ। ਰਹਿੰਦਿਆਂ ਰਹਿੰਦਿਆਂ ਨੂੰ ਉਹਨਾਂ ਨੂੰ ਕਾਫੀ ਚਿਰ ਹੋ ਗਿਆ ਤਾਂ ਇੱਕ ਦਿਨ ਕੀ ਹੋਇਆ, ਰਾਜੇ ਦਾ ਲੜਕਾ ਸੀ ਜਿਹੜਾ ਉਹ ਸੁੱਤਾ ਪਿਆ ਸੀਗਾ ਅਤੇ ਜਿਹੜੀ ਉਹਦੇ ਘਰ ਵਾਲੀ ਸੀਗੀ ਬਾਸ਼ਕ ਨਾਗ ਦੀ ਲੜਕੀ, ਉਹਦਾ ਚਿੱਤ ਕੀਤਾ ਵੀ ਮੈਂ ਸੈਰ ਸੂਰ ਕਰਕੇ ਆਵਾਂ, ਵੀ ਚੱਲੇ ਸੁੱਤਾ ਪਿਆ ਅਤੇ ਮੈਂ ਜਾ ਆਉਂਦੀ ਹਾਂ। ਉਹ ਮਣੀ ਲੈ ਕੇ ਉਸੇ ਬੋਲੀ ਵੇਚਦੀ ਹੈ ਜਿੱਥੇ ਮਣੀ ਨੱਪੀ ਸੀਗੀ ਉਦੋਂ, ਉਸ ਜਣੀ ਉਹ ਬਾਹਰ ਆ ਗਈ, ਧਰਤੀ 'ਤੇ ਆ ਗਈ ਬਾਹਰ। ਉੱਥੇ ਜਦੋਂ ਆ ਗਈ ਨਾ ਉਹ, ਤਾਂ ਬਾਹਰ ਕਿਤੇ ਮੁੰਡੇ ਮਾਲ ਚਾਰਦੇ ਫਿਰਦੇ ਸੀਗੇ, ਪਸ਼ੂ ਚਾਰਦੇ ਫਿਰਦੇ ਸੀ। ਉਹਨਾਂ ਨੇ ਵੇਖਿਆ ਵੀ ਪਿੱਪਲ ਦੇ ਥੱਲੇ ਲਾਲ ਕੱਪੜਿਆਂ ਵਾਲੀ ਵੀ ਬੁੜੀ ਕੌਣ ਹੈ, ਅਤੇ ਉਹਨਾਂ ਨੇ ਰੌਲਾ ਪਾਤਾ ਵੀ ਉਹ ਬੁੜੀ ਕੌਣ ਆ, ਬੁੜੀ ਕੌਣ, ਅੱਗੇ ਤਾਂ ਆਪਾਂ ਵੇਖੀ ਨਹੀਂ ਕੌਣ ਹੈ ਇਹ। ਅਤੇ ਉਹ ਨਾ ਡਰਦੀ ਉਸੇ ਬੋਲੀ ਦੇ ਵਿੱਚ ਜਦੋਂ ਵੜਨ ਲੱਗੀ, ਮਣੀ ਉਹਦੇ ਕੋਲ ਸੀ, ਉਹਦੀ ਜੁੱਤੀ ਦਾ ਪੈਰ ਇੱਕ ਬਾਹਰ ਰਹਿ ਗਿਆ ਛੇਤੀ ਦੇ ਵਿੱਚ, ਅਤੇ ਉਹ ਜਣੀ ਉੱਥੇ ਥੱਲੇ ਉੱਤਰ ਗਈ ਉਸੇ ਮੁੰਡੇ ਕੋਲ ਆ ਕੇ ਅਤੇ ਰਹਿਣ ਲੱਗ ਪਏ। ਉਹ ਜਿਹੜੀ ਜੁੱਤੀ ਸੀ ਨਾ, ਜੁੱਤੀ ਬਹੁਤ ਜ਼ਿਆਦਾ ਸੋਹਣੀ ਸੀ, ਅਤੇ ਜਦੋਂ ਮਾਲ ਵਾਲਿਆਂ ਨੇ ਜੁੱਤੀ ਚੱਕੀ ਉਹ ਕਹਿੰਦਾ ਵੀ ਜੁੱਤੀ ਬਹੁਤ ਵਧੀਆ। ਵਿੱਚ ਸਿਆਣੇ ਬੰਦੇ ਸੀ ਪਸ਼ੂ ਚਾਰ ਦੇ ਜਿਹੜੇ ਨਾਲ, ਉਹਨਾਂ ਦੇ ਸਿਆਣੇ ਵੀ ਸੀ, ਉਹ ਕਹਿੰਦੇ ਵੀ ਇਹ ਜੁੱਤੀ ਆਪਾਂ ਰਾਜੇ ਨੂੰ ਦਿਖਾਈਏ, ਵੀ ਇਹ ਤਾਂ ਰਾਣੀਆਂ ਦੇ ਪਾਉਣ ਵਾਲੀ ਜੁੱਤੀ ਹੈ। ਉਹਨਾਂ ਨੇ ਗਾਂਹ ਦੀ ਗਾਂਹ ਇਸ ਤਰ੍ਹਾਂ ਕਰਕੇ ਰਾਣੀਆਂ ਕੋਲ, ਰਾਜੇ ਕੋਲ ਜੁੱਤੀ ਪਹੁੰਚ ਗਈ। ਰਾਜੇ ਨੇ ਗਾਂਹ ਰਾਣੀਆਂ ਨੂੰ ਦਿਖਾਈ, ਉਹ ਰਾਣੀ ਕਹਿੰਦੀ ਵੀ ਇਹ ਇਕੱਲੇ ਪੈਰ ਦਾ ਕੀ ਕਰਨਾ, ਇਹਦੇ ਨਾਲ ਦੀ ਜੁੱਤੀ ਇੱਕ ਹੋਰ ਚਾਹੀਦੀ ਹੈ। ਹੁਣ ਉਹਨਾਂ ਤੋਂ ਪੁੱਛਣ ਵੀ ਇਹ ਮਿਲੀ ਕਿੱਥੋਂ ਆ ਕੇ ਉੱਥੋਂ ਆ, ਬੋਲੀ 'ਤੇ, ਬੋਲੀ 'ਤੇ ਵੇਖਣ ਆਸੇ ਪਾਸੇ ਕੋਈ ਬੁੜੀ ਨਾ, ਜੁੱਤੀ ਦਾ ਜ਼ਰੂਰ ਪਤਾ ਲਾਉਣਾ। ਰਾਜੇ ਨੇ ਫਿਰ ਉਸ ਟਾਈਮ 'ਤੇ ਬੁੜੀਆਂ ਨੂੰ ਸੱਦਿਆ ਵੀ ਸਾਨੂੰ ਕੋਈ ਇਹੋ ਜਿਹੀਆਂ ਬੁੜੀਆਂ ਚਾਹੀਦੀਆਂ, ਚੰਟ ਉਹਨਾਂ ਨੂੰ ਦੂਤੀਆਂ ਵੀ ਕਹਿ ਦਿੰਦੇ ਸੀ, ਫਫੇ ਕੁੱਟਣਾ ਵੀ ਕਹਿ ਦਿੰਦੀਆਂ ਸੀ, ਜਿਹੜੀ ਚੰਟ ਤੋਂ ਚੰਟ, 100 ਛਾਂਟੀਆਂ, 100 ਦੇ ਵਿੱਚੋਂ 25 ਛਾਂਟੀਆਂ, 25 'ਚੋਂ 5 ਛਾਂਟੀਆਂ, 5 ਦੇ ਵਿੱਚੋਂ ਜੇ ਕੋਈ ਕਹਿੰਦੀ ਸੀ ਮੈਂ ਪਾਣੀ ਨੂੰ ਅੱਗ ਲਾ ਦੂੰ, ਮੈਂ ਸਮਾਨ 'ਚ ਮੋਰੇ ਕਰ ਦੂੰ, ਇਹੋ ਜਿਹੀਆਂ ਜਣੀ ਉਹਨਾਂ ਨੇ 2 ਛਾਂਟ ਲਈਆਂ, ਦੋਵਾਂ 'ਚੋਂ 1 ਛਾਂਟ ਲਈ। ਉਹ ਕਹਿੰਦੇ ਵੀ ਸਾਨੂੰ 6 ਮਹੀਨੇ ਦਾ ਸਮਾਂ ਚਾਹੀਦਾ। ਉਹ ਆਖਿਆ ਵੀ ਠੀਕ ਹੈ। ਹੁਣ ਪਤਾ ਲੱਗਾ ਵੀ ਉੱਥੇ ਬੁੜੀ ਸੀਗੀ ਤਾਂ ਕਿਤੇ ਨਾ ਕਿਤੇ ਤਾਂ ਉੱਥੇ ਆਊਗੀ ਨਾ, ਇਹ ਧਾਰ ਕੇ ਪਾਸੇ ਬਹਿ ਗਈ, ਨੌਕਰ ਚਾਕਰ ਨਾਲ ਲਾ ਲਏ।
ਬੈਠੇ ਰਹੇ ਬੈਠੇ ਰਹੇ। ਇੱਕ ਦਿਨ ਕਿਤੇ ਉਹਦਾ ਫਿਰ ਜੀ ਕੀਤਾ ਤਾਂ ਫਿਰ ਉਹ ਉੱਥੇ ਆ ਗਈ। ਜਦੋਂ ਉਹ ਬੁੜੀ ਆਈ ਬਾਹਰ ਤਾਂ ਉਹ ਭੱਜ ਕੇ ਅਤੇ ਨੇੜੇ ਜਾ ਵੜੀ ਜੀ ਬੁੜੀ, ਅਤੇ ਉਹ ਕਹਿੰਦੀ ਤੂੰ ਕਿਹੜੇ ਮੈਨੂੰ ਪਛਾਣਿਆ ਨਹੀਂ, ਅਖੇ ਮੈਂ ਤੇਰੀ ਮਾਸੀ ਹਾਂ। ਅਖੇ ਉਹ ਕਹਿੰਦੀ ਮੈਂ ਤਾਂ ਨਹੀਂ ਤੈਨੂੰ ਪਛਾਣਿਆ, ਅਖੇ ਤੂੰ ਮੇਰੀ ਮੈਂ ਤੇਰੀ ਮਾਸੀ ਹਾਂ ਅਖੇ, ਅਤੇ ਤੂੰ ਭੁੱਲ ਗਈ ਅਖੇ ਤੇਰੀ ਮਾਂ ਦੀ ਮੈਂ ਭੈਣ ਹੈਗੀ ਹਾਂ, ਅਤੇ ਐਂ ਗੱਲਾਂ ਕਰਨ ਲੱਗ ਪਈ। ਤੂੰ ਕਿੱਥੇ ਰਹਿੰਦੀ ਹੈ? ਅਖੇ ਉੱਥੇ ਰਹਿੰਦੀ ਹੈ, ਥੱਲੇ ਰਹਿੰਦੇ। ਅਖੇ ਅਤੇ ਹੋਰ ਕੌਣ? ਅਖੇ ਹੋਰ ਤਾਂ ਮੇਰੇ ਘਰ ਵਾਲਾ ਹੀ ਹੈ। ਉਹਨੇ ਸੋਚਿਆ ਵੀ ਇਹਦੇ ਘਰ ਵਾਲਾ, ਜੇ ਅੱਜ ਆਪਾਂ ਇਹਨੂੰ ਕੁੜੀ ਨੂੰ ਲੈ ਕੇ ਜਾਂਦੇ ਹਾਂ, ਇਹਦੇ ਘਰ ਵਾਲਾ ਫਿਰ ਆ ਗਿਆ ਤਾਂ ਫਿਰ ਕਿਤੇ ਨਾ ਕਿਤੇ ਲੈ ਆਊਗਾ। ਉਹਦੇ ਦਿਮਾਗ ਵਿੱਚ ਇਹ ਸੀ ਵੀ ਇਹਦੇ ਘਰ ਵਾਲੇ ਨੂੰ ਕਿਵੇਂ ਨਾ ਕਿਵੇਂ ਖਤਮ ਕਰੀਏ, ਅਤੇ ਅਖੇ ਤੂੰ ਉਹਨੂੰ ਸੁੱਤੇ ਨੂੰ ਛੱਡ ਕੇ ਆ ਗਈ ਹੈ ਇਕੱਲੇ ਨੂੰ, ਅਤੇ ਤੂੰ ਆਹ ਨਹੀਂ ਵੀ ਇਕੱਲਾ ਹੀ ਹੈ, ਅਤੇ ਐਂ ਤੂੰ ਕਾਹਤੋਂ ਆ ਜਾਂਦੀ ਨਹੀਂ ਇਕੱਲੇ ਨੂੰ ਸੁੱਤੇ ਨੂੰ ਛੱਡ ਕੇ ਨਾ ਆਇਆ ਕਰ। ਉਹ ਕਹਿੰਦੀ ਨਹੀਂ, ਉਹਦੇ ਅੰਗੂਠੇ ਦੇ ਵਿੱਚ ਨਾ ਇੱਕ ਛਾਲ ਆਇਆ ਛੋਟਾ ਜਿਹਾ, ਉਹਦੇ ਵਿੱਚ ਜਾਨ ਆ ਉਹਦੀ, ਜੇ ਉਹ ਛਾਲਾ ਫੇਰ ਗਈ ਨਾ। ਅਖੇ ਦੱਸਤੀ ਨਾ ਉਹਨੇ ਗੱਲ ਵੀ ਮੈਂ ਮਾਸੀ ਹੈ, ਚੱਲ ਦੱਸ ਦਿੰਦੀ ਹਾਂ, ਉਹ ਛਾਲੇ ਨੂੰ ਮੈਂ ਫੇਰ ਗਈ ਕਿਸੇ ਚੀਜ਼ ਨਾਲ ਤਾਂ ਫਿਰ ਤਾਂ ਉਹਦੀ ਮੌਤ ਹੋ ਜਾਂਦੀ ਹੈ, ਅਤੇ ਊਂ ਉਹਦੀ ਮੌਤ ਨਹੀਂ ਹੁੰਦੀ। ਇਹ ਉਹਨੇ ਆਖਿਆ ਵੀ ਚੱਲ ਹੁਣ ਆਪਾਂ ਇਹਨੂੰ ਮਾਰਿਆ ਵਾਂਗੇ, ਫਿਰ ਉਹਦੇ ਨਾਲ ਹੀ ਚੱਲ ਪਈ। ਅਖੇ ਚੰਗਾ ਚੱਲ ਫਿਰ ਚੱਲ ਗਈ। ਉਹ ਜਦੋਂ ਬੌਲੀ ਦੇ ਵਿੱਚ ਮਣੀ ਲੈ ਕੇ ਉਤਰੀ ਅਤੇ ਨਾਲ ਹੀ ਮਾਸੀ ਉਤਰ ਗਈ। ਮਾਸੀ ਦੋ ਚਾਰ ਦਿਨ ਉੱਥੇ ਰਹੀ, ਮੌਕਾ ਵਹਿੰਦੀ ਸੀ ਵੀ ਜਦੋਂ ਕਿਤੇ ਇਹਨੂੰ ਵੀ ਮੈਂ ਆਖਾਂ ਵੀ ਸੈਰ ਕਰਨ ਜਾਣਾ ਅਤੇ ਇਹਨੂੰ ਵੀ ਮੈਂ ਮਾਰਾਂ, ਇਹੋ ਜਿਹਾ ਮੌਕਾ ਵਹਿੰਦੀ ਸੀ। ਇੱਕ ਦਿਨ ਕਿਤੇ ਉਹ ਸੁੱਤਾ ਪਿਆ ਸੀਗਾ, ਸੁੱਤੇ ਪਏ ਦਾ ਅਤੇ ਉਹਨੇ ਕਿਤੇ ਕੋਈ ਸੂਲ ਸਾਲ ਕੋਈ ਨਾ ਕੋਈ ਲੈ ਲਈ, ਕੰਡਾ ਜਿਵੇਂ ਹੁੰਦਾ ਉਹਦੇ ਨਾਲ, ਉੱਧਰੋਂ ਤਾਂ ਛਾਲਾ ਉਹਦਾ ਫੇਰ ਤਾਂ, ਅਤੇ ਨਾਲੇ ਉਹਨੂੰ ਕਹਿੰਦੀ ਅਖੇ ਧੀਏ ਅੱਜ ਮੇਰਾ ਜੀ ਕਰਦਾ ਬਾਹਰ ਘੁੰਮਣ ਨੂੰ, ਅਖੇ ਅਤੇ ਮੈਨੂੰ ਬਾਹਰ ਘੁੰਮਾ ਕੇ ਲਿਆ। ਜਣੀ ਆਪਦੇ ਜਣੀ ਉਹਨਾਂ ਨੇ ਉਹਨੂੰ ਮਾਰਤਾ ਅਤੇ ਉੱਥੋਂ ਬਾਹਰ ਚਲੇ ਗਏ। ਬਾਹਰ ਹੁਣ ਦੱਸਿਆ ਹੀ ਸੀਗਾ ਵੀ ਜਦੋਂ ਅਸੀਂ ਬਾਹਰ ਕੇਰਾਂ ਆ ਗਏ, ਮੁੜ ਕੇ ਆਪਦਾ ਪਹਿਰੇਦਾਰ ਨੌਕਰ ਆ ਜਾ ਜੋ 5-7 ਵੀ ਇਹਨੂੰ ਫੜ ਲਿਆ ਜੋ, ਫੜ ਕੇ ਉਹਨਾਂ ਨੇ ਜ਼ਬਰਦਸਤ ਰੱਥ ਦੇ ਵਿੱਚ ਸੁੱਟ ਲਿਆ, ਰੱਥ ਵਿੱਚ ਸੁੱਟ ਕੇ ਰਾਜੇ ਦੇ ਪੇਸ਼ ਕਰਤਾ। ਹੁਣ ਰਾਜੇ ਦੇ ਪੇਸ਼ ਕੀਤਾ ਅਤੇ ਉੱਧਰੋਂ ਜਿਹੜਾ ਰਾਜੇ ਦਾ ਲੜਕਾ ਸੀਗਾ ਜੀ, ਉਹ ਕਹਿੰਦਾ ਵੀ ਮੈਂ ਇਹਦੇ ਨਾਲ ਸ਼ਾਦੀ ਕਰਾਉਣੀ ਹੈ। ਅੱਛਾ ਜੀ। ਹਾਂ, ਹੁਣ ਜੁੱਤੀ ਵਾਲਾ ਤਾਂ ਕੰਮ ਵਿੱਚ ਰਹਿ ਗਿਆ, ਲੈਣ ਤਾਂ ਜੁੱਤੀ ਦਾ ਪੈਰ ਗਏ ਸੀਗੇ ਉਹ, ਅਤੇ ਉਹ ਜੁੱਤੀ ਦਾ ਪੈਰ ਤਾਂ ਲੈ ਹੀ ਜਾਂਦਾ ਸੀ ਉਹਨਾਂ ਨੇ, ਉਹਦੀ ਮਾਸੀ ਨੇ ਰੱਖ ਲਿਆ ਸੀਗਾ, ਅਤੇ ਉਹਨੇ ਆਖਿਆ ਵੀ ਨਾਲ ਇਹਨੂੰ ਵੀ ਲੈ ਜਾਈਏ। ਜਦੋਂ ਉਹਨੂੰ ਲੈ ਕੇ ਗਏ ਤਾਂ ਰਾਜੇ ਦਾ ਲੜਕਾ ਕਹਿੰਦਾ ਵੀ ਮੈਂ ਇਹਦੇ ਨਾਲ ਸ਼ਾਦੀ ਕਰਨੀ ਹੈ ਜੀ। ਹੁਣ ਰਾਣੀ ਨੂੰ ਤਾਂ ਜੁੱਤੀ ਦਾ ਜੋੜਾ ਮਿਲ ਗਿਆ ਅਤੇ ਨਾਲ ਦੂਜਾ ਜਬ ਪੈ ਗਿਆ ਸ਼ਾਦੀ ਵਾਲਾ। ਉਹ ਕਹਿੰਦੀ ਵੇਖੋ ਤੁਸੀਂ ਜ਼ਬਰਦਸਤੀ ਮੇਰੀ ਸ਼ਾਦੀ ਨਹੀਂ ਕਰ ਸਕਦੇ ਗੇ, ਹਾਂਜੀ ਜੇ ਜ਼ਬਰਦਸਤੀ ਮੇਰੀ ਸ਼ਾਦੀ ਕਰੋਗੇ ਮੈਂ ਮਰ ਜੂੰਗੀ, ਮੈਂ ਆਤਮ ਹੱਤਿਆ ਕਰ ਲਉਂਗੀ ਜੀ, ਤੁਸੀਂ ਮੈਨੂੰ 6 ਮਹੀਨਿਆਂ ਦੀ ਮੁਹਲਤ ਦੇ ਦਿਓ, 6 ਮਹੀਨਿਆਂ ਤੱਕ ਜੇਕਰ ਮੇਰਾ ਪਤੀ ਮੈਨੂੰ ਮਿਲ ਗਿਆ ਤਾਂ ਠੀਕ ਹੈ, ਨਹੀਂ ਮੈਂ ਸ਼ਾਦੀ ਕਰਾ ਲਉਂਗੀ। ਉਹਦੇ ਮਨ ਦੇ ਵਿੱਚ ਅਸਲ ਖਿਆਲ ਇਹ ਸੀਗਾ ਵੀ ਜੇ 6 ਮਹੀਨੇ ਤੱਕ ਆ ਗਿਆ ਠੀਕ ਹੈ, ਨਹੀਂ ਆਤਮ ਹੱਤਿਆ ਫਿਰ ਕਰ ਲੂਗੀ, ਵੀ ਮੈਂ ਸ਼ਾਦੀ ਤਾਂ ਕਰਾਉਣੀ ਨਹੀਂ ਜੀ, ਕਿਉਂ ਪਹਿਲਾਂ ਇਹ ਸੀ ਵੀ ਪਤੀ ਵਰਥਾ, ਪਤੀ ਵਰਥਾ ਇਹਦਾ ਵੀ ਜਿਹਦਾ ਇੱਕ ਪਤੀ ਹੈ, ਇੱਕ ਪਤੀ ਨੂੰ ਮੰਨਦੇ ਸੀ ਮੇਰਾ ਇੱਕ ਪਤੀ, ਮੈਂ ਦੂਜਾ ਪਤੀ ਨਹੀਂ ਦੇਖਣਾ, ਕਿਸੇ ਦਾ ਮੂੰਹ ਨਹੀਂ ਦੇਖਣਾ ਗਾ, ਅੰਦਰਲਾ ਖਿਆਲ ਉਹਦਾ ਇਹ ਸੀਗਾ। ਚਲੋ ਜੀ, ਉਹਨੇ 6 ਮਹੀਨਿਆਂ ਦੀ ਮੁਹਲਤ ਦੇ ਦਿੱਤੀ। ਉਹ ਕਹਿੰਦੇ ਵੀ 6 ਮਹੀਨਿਆਂ ਦੇ ਵਿੱਚ ਤੁਸੀਂ ਇੱਕ ਅਖੇ ਲੰਗਰ ਵੀ ਲਾਉਣਾ, 6 ਮਹੀਨੇ ਤੱਕ ਲੰਗਰ ਚੱਲਣਾ, ਇੱਕ ਲੰਗਰ ਲਾ ਦਿਓ ਜਿਹੜਾ 6 ਮਹੀਨੇ ਚੱਲੀ ਜਾਵੇ, ਕੋਈ ਵੀ ਰਾਹੀ ਪਾਉਂਦੀ ਆਵੇ ਅਤੇ ਲੰਗਰ ਛਕੀ ਜਾਵੇ। ਅਤੇ ਨਾਲ ਉਹਨੇ ਇਹ ਕਹਿਤਾ ਨੌਕਰਾਂ ਨੂੰ ਵੀ ਜੇ ਇੱਕ ਬੰਦੇ ਨੂੰ ਇੱਕ ਥਾਲੀ ਦੇਣੀ ਹੈ। ਉਹਦੇ ਮਨ 'ਚ ਸੀ ਵੀ ਜੇ ਕਿਤੇ ਉਹਨਾਂ ਇਹਦੇ ਯਾਰਾਂ ਦੋਸਤਾਂ ਦੇ ਵਿੱਚੋਂ ਕੋਈ ਨਾ ਕੋਈ ਆ ਗਿਆ ਤਾਂ ਮੈਨੂੰ ਪਤਾ ਲੱਗ ਜੂਗਾ ਵੀ 4 ਥਾਲੀਆਂ ਮੰਗਣ। ਹਾਂ, ਉਹ 4 ਥਾਲੀਆਂ ਮੰਗਣਗੇ, ਕਿਉਂ ਰਾਜੇ ਨੇ, ਰਾਜ ਦੇ ਲੜਕੇ ਨੇ ਉਹ ਗੱਲਾਂ ਬਾਤਾਂ ਦੱਸੀਆਂ ਸੀ ਉਹਨੂੰ ਜੀ। ਤਾਂ ਇਸ ਤਰ੍ਹਾਂ ਲੰਗਰ ਚੱਲਦਾ ਰਿਹਾ। ਜਦੋਂ 6 ਮਹੀਨਿਆਂ 'ਚ ਉਹ ਕੰਮ ਸਿੱਖ ਗਏ ਸੀ ਉੱਧਰੋਂ, ਉੱਧਰੋਂ 6 ਮਹੀਨੇ ਉਹਨਾਂ ਦੇ ਪੂਰੇ ਹੋ ਗਏ ਸੀਗੇ। ਤਾਂ ਉੱਧਰੋਂ ਜਦੋਂ ਕੰਮ ਸਿੱਖ ਕੇ ਖੋਜੀ, ਉਹਨੇ ਜਿਉਂ ਪੈੜ ਕੱਢੀ, ਪੈੜ ਕੱਢਦਾ ਕੱਢਦਾ ਅਤੇ ਅੱਗੇ ਗਿਆ ਤਾਂ ਜਿੱਥੇ ਉੱਡਣ ਕਟੋਲਾ ਬਣਾਈ ਜਾਂਦੀ ਸੀ ਉੱਥੇ ਆ ਗਿਆ। ਕਹਿੰਦਾ ਕਿਉਂ ਵੀ ਸਿੱਖ ਗਿਆ ਕੰਮ? ਕਹਿੰਦਾ ਹਾਂ ਵੀ ਸਿੱਖ ਗਿਆ, 6 ਮਹੀਨੇ ਹੋ ਗਏ ਆ। ਕਹਿੰਦਾ ਚੱਲ ਫਿਰ ਨਾਲ। ਉੱਥੋਂ ਪੈੜ ਕੱਢੀ ਤਾਂ ਜਿੱਥੇ ਪੰਡਿਤ ਉੱਥੇ ਆ ਗਿਆ ਜੀ। ਉੱਥੇ ਪੰਡਿਤ ਕਹਿੰਦਾ ਵੀ ਸਿਖਾਤਾ ਮੁੰਡੇ ਨੂੰ ਕੰਮ, ਸਾਡੇ ਯਾਰ ਨੂੰ? ਕਹਿੰਦਾ ਸਿਖਾਤਾ। ਕਹਿੰਦਾ ਫਿਰ ਦਿਓ ਆਸ਼ੀਰਵਾਦ ਇਹਨਾਂ ਨੂੰ, ਆਗਿਆ ਦਿਓ। ਉਹਨੇ ਆਗਿਆ ਦਿੱਤੀ, ਉੱਥੋਂ 3 ਇਕੱਠੇ ਹੋ ਗਏ। ਹੁਣ ਇਕੱਠੇ ਹੋ ਗਏ ਅਤੇ ਉਸ ਪਿੱਪਲ 'ਤੇ ਉੱਥੇ ਪੈੜ ਆ ਗਈ। ਪਿੱਪਲ ਤੋਂ ਪੈੜ ਫਿਰ ਅੱਗੇ ਗਈ ਜਿੱਥੇ ਹੋਟਲ ਸੀਗਾ, ਜਿੱਥੇ ਰੋਟੀ ਖਾਧੀ ਉਹਨੇ। ਉੱਥੇ ਪੁੱਛਿਆ ਵੀ ਤੇਰੇ ਕੋਲ ਕੋਈ ਬੰਦਾ ਆਇਆ ਸੀ ਅੱਜ ਤੋਂ 6 ਮਹੀਨੇ ਪਹਿਲਾਂ ਜਾਂ 7 ਮਹੀਨੇ ਪਹਿਲਾਂ? ਜਿਹੜਾ ਕੋਈ ਬੰਦਾ ਮਤਲਬ ਇੱਕ ਹੋਵੇ ਅਤੇ ਥਾਲੀਆਂ 2 ਜਾਂ 3-4 ਮੰਗੀਆਂ ਹੋਣ। ਉਹ ਕਹਿੰਦਾ ਵੀ ਆਇਆ ਸੀ, ਹਾਂ 3 ਅਖੇ ਸਾਧੂ ਮਹਾਤਮਾ ਨੇ। ਫਿਰ ਅਖੇ ਫਿਰ ਇੱਥੋਂ ਚਲਾ ਗਿਆ, ਉਦੋਂ ਬਾਅਦ ਨਹੀਂ ਆਇਆ। ਉਹਨਾਂ ਨੇ ਉੱਥੋਂ ਪੈੜ ਕੱਢੀ ਤਾਂ ਲੁਹਾਰ ਕੋਲ ਆ ਗਈ।
ਲੁਹਾਰ ਨੂੰ ਪੁੱਛਿਆ ਵੀ ਤੇਰੇ ਕੋਲ ਕੋਈ ਇਸ ਤਰ੍ਹਾਂ ਕਰਕੇ 6 ਮਹੀਨੇ ਪਹਿਲਾਂ ਕੋਈ ਰਾਜੇ ਦਾ ਲੜਕਾ ਆਇਆ ਹੋਵੇ ਕਾਲੇ ਕੱਪੜਿਆਂ ਦੇ ਵਿੱਚ ਕੋਈ ਚੀਜ਼ ਬਣਵਾਈ ਹੋਵੇ। ਕਹਿੰਦਾ ਵੀ ਬਣਵਾ ਕੇ ਲੱਗਿਆ ਸੀ ਇਸ ਤਰ੍ਹਾਂ ਕਰਕੇ, ਇੱਕ ਜੰਜੀਰ ਅਤੇ ਬੱਠਲ ਦੇ ਸੂਏ ਲੱਗੇ ਸੀਗੇ, ਮਿਹਨਤ ਮੈਨੂੰ ਦੇ ਗਿਆ ਸੀ ਪਰ ਚਲਾ ਗਿਆ, ਉਦੋਂ ਬਾਅਦ ਨਹੀਂ ਆਇਆ। ਹੁਣ ਉੱਥੋਂ ਪੈਡ ਕੱਢੀ ਅਤੇ ਉੱਥੇ ਬੌਲੀ 'ਤੇ ਆ ਗਈ, ਬੌਲੀ 'ਤੇ ਆ ਗਈ। ਹੁਣ ਬੌਲੀ ਤੋਂ ਪੈਡ ਨਹੀਂ ਗਾਂ ਤੁਰਦੀ, ਪੈਡ ਕਿਵੇਂ ਤੁਰੇ ਬੌਲੀ ਦੇ ਵਿੱਚ ਜਦੋਂ ਪੈਡ ਹੀ ਪਾਣੀ ਦੇ ਵਿੱਚ ਜਾਂਦੀ ਹੈ ਤਾਂ ਪੈਡ ਤੁਰੇ ਕਿਵੇਂ? ਉੱਥੋਂ ਹੁਣ ਆਸੇ ਪਾਸੇ ਵੇਹਦੇ ਵੀ ਪੈਡ ਇੱਧਰ ਨੂੰ ਹੋ ਕੇ ਤੁਰੇ, ਕਦੇ 10 ਕਰਮਾ ਇੱਧਰ ਹੋ ਕੇ ਵੇਹਦੇ, ਕਦੇ ਇੱਧਰ ਨੂੰ ਵੀ, ਕਿਤੇ ਨਾ ਕਿਤੇ ਤਾਂ ਪੈਡ ਵੀ ਚੱਲ ਥੋੜ੍ਹੀ ਬਹੁਤੀ ਨੇੜੇ ਗਾਇਬ ਹੋ ਸਕਦੀ, 10-20 ਫੁੱਟ ਉੱਤੋਂ ਗਾਂਹ ਤਾਂ ਪਤਾ ਲੱਗੇ ਨਾ, ਕਿਉਂਕਿ ਥੱਲੇ ਉਹਦੇ ਪਾਣੀ ਸੀ, ਥੱਲੇ ਪਾਣੀ ਸੀ, ਪਾਣੀ ਤੋਂ ਬਿਨਾਂ ਪਾਸੇ ਨਹੀਂ ਹੁੰਦਾ, ਪਾਣੀ ਪਾਸੇ ਨਹੀਂ ਹੁੰਦਾ ਸੀ, ਜਾਣੀ ਉੱਥੋਂ ਪੈਡ ਨਾ ਤੁਰੇ। ਹੁਣ ਖੋਜੀ ਦੇ ਮੁੰਡੇ ਨੂੰ ਕਹਿੰਦੇ, ਦੂਜੇ ਮੁੰਡੇ ਜਿਹੜੇ ਪੰਡਿਤ ਆ, ਤੂੰ ਕੰਮ ਕਾਹਦਾ ਸਿੱਖਿਆ ਪੈਡ ਹੀ ਨਹੀਂ ਤੁਰਦੀ? ਉਹ ਕਹਿੰਦਾ ਵੀ ਜਿਹੜੀ ਮੇਰੀ ਵਿੱਦਿਆ ਦੇ ਵਿੱਚ ਆਉਂਦੀ ਹੈ ਪੈਡ ਤੋਂ ਗਾਂਹ ਤੁਰਦੀ ਹੀ ਨਹੀਂ ਇਹਦਾ। ਕਹਿੰਦਾ ਫਿਰ ਕਹਿੰਦਾ ਹੁਣ ਐਂ ਕਰੋ ਵੀ ਆਪਾਂ ਬਹੁਤ ਭਕਾਈ ਕਰ ਲਈ ਹੈ, ਭੁੱਖ ਲੱਗੀ ਹੈ, ਅਤੇ ਨੇੜੇ ਸ਼ਹਿਰ ਆਪਾਂ ਲੰਗਰ ਛਕਿਆ ਜੀ। ਹੁਣ ਜਿੱਥੇ ਸਦਾ ਵਰਤ ਲੱਗਾ ਸੀ ਲੰਗਰ ਲੱਗਾ ਸੀ ਉੱਥੇ ਜਾ ਵੜੇ। ਜਾ ਕੇ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਅਸੀਂ 3 ਜਣੇ ਆ ਅਤੇ ਸਾਨੂੰ 4 ਥਾਲੀਆਂ ਚਾਹੀਦੀਆਂ। ਹੁਣ ਉੱਧਰੋਂ ਉਹਦਾ ਲੜਕੀ ਦਾ ਹੁਕਮ ਸੀਗਾ ਵੀ ਥਾਲੀਆਂ ਪੂਰੀਆਂ ਦੇਣੀਆਂ, ਵੱਧ ਨਹੀਂ ਦੇਣੀ ਕਿਸੇ ਨੂੰ, ਜੇ ਕੋਈ ਦੱਸੇ ਤਾਂ ਮੈਨੂੰ ਗੱਲ ਕਰਿਆ ਜੋ। ਉਹਨਾਂ ਨੇ ਜਾ ਕੇ ਅਤੇ ਉਸ ਲੜਕੀ ਨੂੰ ਦੱਸਿਆ ਬਾਸ਼ਕ ਨਾਗਰੀ ਨੂੰ ਵੀ ਇਸ ਤਰ੍ਹਾਂ ਕਰਕੇ ਅਸੀਂ 3 ਜਣੇ ਆ ਅਤੇ 4 ਥਾਲੀਆਂ ਮੰਗਦੇ ਆ। ਉਹ ਕਹਿੰਦੇ ਕੋਈ ਗੱਲ ਨਹੀਂ, ਅਖੇ ਉਹਨਾਂ ਨੂੰ ਐਂ ਕਹੋ ਵੀ ਥਾਲੀਆਂ ਤੁਹਾਨੂੰ 4 ਮਿਲ ਜਾਣਗੀਆਂ ਅਤੇ ਤੁਸੀਂ ਉਹਨਾਂ ਨੂੰ ਇੱਕ ਪਾਸੇ ਕਮਰੇ 'ਚ ਬਿਠਾ ਲਿਆ, ਰਾਜੇ ਤੋਂ ਆਗਿਆ ਲੈ ਲਈ ਜੀ ਮੈਂ ਇਹਨਾਂ ਨੂੰ ਰੋਟੀ ਖਵਾਉਣੀ ਹੈ। ਅਤੇ ਉਹ ਕਹਿੰਦੇ ਕੋਈ ਗੱਲ ਨਹੀਂ ਖਵਾ ਦਿਓ। ਉਹ ਕਹਿੰਦੇ ਵੀ ਦੱਸੋ ਅਖੇ ਹੁਣ ਤੁਸੀਂ 4 ਥਾਲੀਆਂ ਕਿਵੇਂ ਮੰਗੀਆਂ। ਉਹ ਸਾਰੀ ਗੱਲਬਾਤ ਦੱਸੀ ਵੀ ਸਾਡਾ ਇੱਕ ਯਾਰ ਹੁੰਦਾ ਸੀਗਾ। ਉਹ ਕਹਿੰਦੀ ਦੇਖੋ ਤੁਹਾਡਾ ਯਾਰ ਹੁੰਦਾ ਸੀ ਠੀਕ ਹੈ, ਮੈਂ ਤੁਹਾਡੇ ਯਾਰ ਦੇ ਘਰ ਵਾਲੀ ਹਾਂ, ਇਸ ਤਰ੍ਹਾਂ ਕਰਕੇ ਮੈਨੂੰ ਭੇਚਲ ਕੇ ਲੈ ਕੇ ਆਏ ਹੈ, ਹੁਣ ਤੁਸੀਂ ਮੈਨੂੰ ਇੱਥੋਂ ਕਿਵੇਂ ਨਾ ਕਿਵੇਂ ਕੱਢੋ। ਉਹ ਕਹਿੰਦੇ ਵੀ ਸਾਡਾ ਯਾਰ ਫਿਰ ਕਿੱਥੇ ਹੈ? ਉਹ ਕਹਿੰਦੇ ਵੀ ਉਹ ਤਾਂ ਆ ਕੇ ਉੱਥੇ ਪਿਆ ਬੌਲੀ ਦੇ ਥੱਲੇ, ਅਤੇ ਜਿਹੜੀ ਮਣੀ ਹੈ ਉਹ ਇਹਦੇ ਕੋਲ ਫਫੇ ਕੁੱਟਣੀ ਕੋਲ ਹੈ, ਜਿਹੜੀ ਦੂਤੀ ਹੈ। ਅਤੇ ਉਹਨੇ ਆਖਿਆ ਵੀ ਚਲੋ ਕੋਈ ਗੱਲ ਨਹੀਂ ਆਪਾਂ ਸਾਰਾ ਇੰਤਜ਼ਾਮ ਕਰਦੇ ਹਾਂ। ਉਹਨਾਂ ਨੇ ਫਿਰ ਕੀ ਕੰਮ ਕੀਤਾ, ਕਹਿੰਦੇ ਜੀ ਇਹ ਜਿਹੜੇ ਬੰਦੇ ਆ ਨਾ 4-3 ਜਣੇ ਆਏ ਵੀ ਰਾਜੇ ਤੋਂ ਆਗਿਆ ਲੈ ਲਈ, ਵੀ ਇਹ ਕਾਰੀਗਰ ਬਹੁਤ ਵਧੀਆ ਹੈ, ਇੱਕ ਪੰਡਿਤ ਦੀ ਵਿੱਦਿਆ ਸਿੱਖਿਆ ਹੋਇਆ, ਇੱਕ ਮਿਸਤਰੀ ਹੈ, ਇੱਕ ਖੋਜੀ ਹੈ, ਅਤੇ ਤੁਸੀਂ ਐਂ ਕਰੋ ਵੀ 6 ਮਹੀਨੇ ਹੁਣ ਪਤਾ ਨਹੀਂ ਕਦੋਂ ਆਉਣਗੇ, ਮੇਰਾ ਬੰਦਾ ਪਤਾ ਨਹੀਂ ਮਰ ਗਿਆ ਕਿ ਜਿਉਂਦਾ, ਅਤੇ ਤੁਸੀਂ ਮੇਰਾ ਵਿਆਹ ਦਿਨ ਬੰਨ ਲਓ। ਰਾਜੇ ਨੂੰ ਕਹਿਤਾ ਵੀ ਤੁਹਾਡੇ ਲੜਕੇ ਦੇ ਨਾਲ ਮੈਂ ਵਿਆਹ ਕਰਾ ਲੂੰਗੀ। ਰਾਜੇ ਨੂੰ ਚਾਅ ਚੜ੍ਹ ਗਿਆ, ਕਹਿੰਦਾ ਦੱਸੋ ਕੀ ਸਮਾਨ ਚਾਹੀਦਾ ਤਿਆਰੀਆਂ ਕਰਨ ਵਾਸਤੇ? ਉਹ ਕਹਿੰਦੇ ਇੱਕ ਤਾਂ ਮੇਰਾ ਸਿਰ ਗੁੰਦਣ ਵਾਸਤੇ, ਮੇਰੀ ਮਹਿੰਦੀ ਲਾਉਣ ਵਾਸਤੇ ਇੱਕ ਲੁਹਾਰਾਂ ਦੀ ਕੁੜੀ ਚਾਹੀਦੀ ਹੈ, ਮਿਸਤਰੀਆਂ ਦੀ ਜਿਹੜੇ ਲੁਹਾਰ ਦਾ ਕੰਮ ਕਰਦੇ ਆ, ਇੱਕ ਅਖੇ ਪੰਡਤਾਂ ਦੀ ਕੁੜੀ ਚਾਹੀਦੀ ਹੈ, ਇੱਕ ਅਖੇ ਖੋਜੀਆਂ ਦੀ ਕੁੜੀ ਚਾਹੀਦੀ ਹੈ। ਉਹਨਾਂ ਨੇ ਪਹਿਲਾਂ 3 ਤਾਂ ਕੁੜੀਆਂ ਬੁਲਾਈਆਂ, ਕੁਆਰੀਆਂ ਕੁੜੀਆਂ ਮਤਲਬ, ਵੀ ਮੈਂ ਸ਼ਗਨ ਵਿਹਾਰ ਕਰਾਉਣੇ ਆ। ਇੱਕ ਫਰਨੀਚਰ ਦਾ ਸਮਾਨ ਮੰਗਾ ਲਿਆ, ਉਡਨ ਕਟੋਲਾ ਬਣਾਉਣਾ ਸ਼ੁਰੂ ਕਰਤਾ, ਉਹਨੇ ਉਡਨ ਕਟੋਲਾ ਬਣਾ ਲਿਆ। ਇੱਕ ਕਹਿੰਦੇ ਵੀ ਜਿਹੜੀ ਉਹ ਫਫੇ ਕੁੱਟਣੀ ਸੀ, ਮਾਸੀ ਬਣੀ ਸੀ, ਇੱਕ ਅਖੇ ਜੀ ਉਹਨੂੰ ਬੁਲਾਓ ਅਖੇ, ਅਤੇ ਉਹਦੇ ਕੋਲ ਨਾ ਅਖੇ ਮਣੀ ਹੈ, ਅਤੇ ਮੇਰਾ ਅਖੇ ਜਦੋਂ ਦਰਦ ਹੁੰਦਾ ਨਾ ਤਾਂ ਮੈਂ ਕਿਤੇ ਇਹ ਮਣੀ ਨੂੰ ਲਾ ਲਾਂ ਇੱਥੇ, ਤਾਂ ਮੇਰਾ ਹਟ ਜਾਂਦਾ ਦਰਦ। ਉਹਨਾਂ ਨੇ ਉਹਨਾਂ ਨੂੰ ਵੀ ਸੱਦਿਆ, ਹੁਣ ਰਾਜੇ ਦਾ ਹੁਕਮ ਸੀ, ਮੁੱਕਰ ਨਹੀਂ ਸਕਦੀ ਸੀਗੀ। ਹਾਂਜੀ, ਜਦੋਂ ਸਾਰਾ ਸਮਾਨ ਤਿਆਰ ਹੋ ਗਿਆ, ਉਡਨ ਕਟੋਲਾ ਤਿਆਰ ਹੋ ਗਿਆ, ਅਤੇ ਉਹਨਾਂ ਨੇ ਪੰਡਤਾਂ ਦੀ ਲੜਕੀ, ਖੋਜੀਆਂ ਦੀ ਲੜਕੀ ਅਤੇ ਇੱਕ ਲੁਹਾਰਾਂ ਦੀ ਲੜਕੀ, ਤਿੰਨਾਂ ਨੂੰ ਵਿੱਚ ਬਿਠਾ ਕੇ ਅਤੇ ਨਾਲ ਹੀ ਫਫੇ ਕੁੱਟਣੀ ਜਿਹੜੀ ਸੀਗੀ, ਉਹ ਜਿਹੜੀ ਉਹਨਾਂ ਨੂੰ ਲੈ ਕੇ ਆਈ ਸੀ, ਵੀ ਇਹ ਕਿਤੇ ਫੇਰ ਵੀ ਨਾ ਧੋਖਾ ਦੇ ਜੇ। ਇਹਨੇ ਤਾਂ ਇਹ ਸੋਚਿਆ ਸੀ ਨਾ ਵੀ ਉਹ ਬੰਦਾ ਨਾ ਕਿਤੇ ਫੇਰ ਆ ਕੇ ਕਿਤੇ ਗੜਬੜ ਕਰ ਜੇ, ਅਤੇ ਆਪਾਂ ਹੁਣ ਇਹਦਾ ਕੰਮ ਮੁਕਾਉਣਾ। ਜਦੋਂ ਉਡਨ ਕਟੋਲੇ ਦੇ ਵਿੱਚ ਤਿੰਨੇ ਲੜਕੀਆਂ ਬਹਿ ਗਈਆਂ, ਤਿੰਨੇ ਇਹ ਲੜਕੇ ਬਹਿ ਗਏ, ਅਤੇ ਇੱਕ ਉਹ ਰਾਜੇ ਦੀ ਲੜਕੀ ਬਹਿ ਗਈ, ਹਾਂਜੀ ਚਾਰੇ ਬਹਿ ਗਈਆਂ ਲੜਕੀਆਂ, ਇੱਕ ਉਹਨੂੰ ਭਾ ਲਿਆ ਜਿਹੜੀ ਉਹਨਾਂ ਦੀ ਮਾਸੀ ਬਣੀ ਸੀ, ਫਫੇ ਕੁੱਟਣੀ। ਅਤੇ ਪਹਿਲਾਂ ਤਾਂ ਉਡਨ ਕਟੋਲੇ ਨੂੰ ਕਿਹਾ ਵੀ ਚੱਲ ਵੀ ਉਡਨ ਕਟੋਲਿਆ, ਕੇਰਾ ਤਾਂ ਸਮਾਨ ਵੱਲ ਨੂੰ ਚੱਲ, ਤਾਂ ਨੂੰ ਉਹ ਤਾਂ ਨੂੰ ਗਿਆ, ਅਤੇ ਮਣੀ ਉਹਦੇ ਕੋਲੋਂ ਲੈ ਲਈ, ਅਤੇ ਉੱਤੋਂ ਦਿੱਤਾ ਧੱਕਾ ਉਹਨੂੰ ਬਾਰੀ ਵੱਜਦੀ ਫਫੇ ਕੁੱਟਣੀ ਨੂੰ, ਅਤੇ ਉਹ ਉੱਥੇ ਡਿੱਗਣ ਸਾਰ ਹੀ ਮਰ ਗਈ। ਮੈਂ ਆਖਿਆ ਵੀ ਇਹ ਤਾਂ ਮਰ ਗਈ, ਇਹਦਾ ਤਾਂ ਕੰਮ ਮੁੱਕ ਗਿਆ, ਵੀ ਕਿਤੇ ਦੁਬਾਰਾ ਨੇ ਫਿਰ ਤੈਨੂੰ ਲੈ ਜਾਈ। ਹਾਂਜੀ, ਫਿਰ ਉੱਥੇ ਚੱਲ ਵੀ ਉਡਨ ਕਟੋਲਿਆ, ਚੱਲ ਉਸੇ ਪਿੱਪਲ ਥੱਲੇ, ਉਹ ਪਿੱਪਲ ਕੋਲ ਆ ਗਏ, ਪਿੱਪਲ ਕੋਲ ਆ ਕੇ ਅਤੇ ਹੁਣ ਮਣੀ ਉਹਨਾਂ ਦੇ ਕੋਲ, ਮਣੀ ਤੋਂ ਬਿਨਾਂ ਰਸਤਾ ਵੀ ਨਹੀਂ ਨਾ ਮਿਲਣਾ ਸੀ ਉਹਨਾਂ ਨੂੰ। ਜਦੋਂ ਮਣੀ ਲੈ ਕੇ ਬਾਸ਼ਕ ਨਾਗ ਦੀ ਲੜਕੀ ਅੱਗੇ ਚੱਲ ਪਈ,
ਤੇ ਤਿੰਨੇ ਲੜਕੀਆਂ ਉਹ ਤੇ ਤਿੰਨੇ ਲੜਕੇ ਉਹਦੇ ਯਾਰ ਬੇਲੀ ਉਹ ਪਿੱਛੇ ਚੱਲ ਪਏ। ਇਹ ਸੱਤੇ ਜਣੇ ਉੱਥੋਂ ਫਿਰ ਬੌਲੀਆਂ ਹੋਈਆਂ ਪੌੜੀਆਂ ਉੱਤਰ ਉੱਤਰ ਕੇ ਅਤੇ ਅੱਗੇ ਜਾ ਵੜੇ। ਅੱਗੇ ਜਾ ਕੇ ਵੇਖਿਆ ਤਾਂ ਮਰਿਆ ਪਿਆ। ਅੱਛਾ ਉਹ ਸੱਚੀ ਉਹਦੀ ਜਾਨ ਉਹਦੇ 'ਚ ਸੀਗੀ? ਛਾਲਾ ਫੇਰਤਾ ਸੀ ਨਾ ਉਹਦਾ। ਹਾਂ ਅੱਛਾ ਸੱਚੀ ਜਾਨ ਹਾਂ ਉਹਦੇ 'ਚ ਸੀ। ਹਾਂ ਥੱਲੇ ਜਾ ਕੇ ਵੇਖਿਆ ਤਾਂ ਮਰਿਆ ਪਿਆ। ਉਹ ਕਹਿੰਦਾ ਵੀ ਇਹ ਤਾਂ ਮਰਿਆ ਪਿਆ, ਇਹਨੂੰ ਤਾਂ ਮਰੇ ਨੂੰ ਬਹੁਤ ਚਿਰ ਹੋ ਗਿਆ। ਪੰਡਿਤ ਨੂੰ ਕਹਿੰਦਾ ਵੀ ਤੂੰ ਜਿਹੜੀ ਵਿੱਦਿਆ ਸਿੱਖ ਕੇ ਆਇਆ ਹੁਣ ਉਹ ਕਦੋਂ ਕੰਮ ਆਊਗੀ? ਹਾਂ ਪੰਡਿਤ ਫਿਰ ਆਪਣਾ ਵਿੱਦਿਆ ਮੰਤਰ ਪੜ੍ਹੀ ਗਿਆ, ਛਿੱਟਾ ਮਾਰੀ ਗਿਆ, ਮੰਤਰ ਪੜ੍ਹੀ ਗਿਆ, ਛਿੱਟਾ ਮਾਰੀ ਗਿਆ। ਜਦੋਂ ਉਹਦੀ ਵਿੱਦਿਆ ਪੂਰੀ ਹੋ ਗਈ ਤਾਂ ਜਿਹੜਾ ਰਾਜੇ ਦਾ ਲੜਕਾ ਸੀ ਨਾ ਉਹਦੇ ਵਿੱਚ ਜਾਨ ਪੈ ਗਈ। ਜਾਨ ਪੈ ਗਈ, ਉੱਠ ਕੇ ਅਤੇ ਆਪਦੇ ਯਾਰਾਂ ਦੋਸਤਾਂ ਨਹੀਂ ਐਂ ਵੇਖ ਬੂਕ ਕੇ ਅਤੇ ਜੱਫੀ ਜੁਫੀ ਪਾ ਕੇ ਮਿਲੇ ਅਤੇ ਉਹਨਾਂ ਨੂੰ ਕਹਿੰਦਾ ਯਾਰ ਬੜਾ ਸੁੱਤੇ ਯਾਰ, ਬੜੀ ਮੈਨੂੰ ਤਾਂ ਨੀਂਦ ਆਈ, ਬੜਾ ਸੁੱਤੇ। ਉਹ ਕਹਿੰਦੇ ਸੁੱਤੇ ਸੁੱਤਾ ਕੀ ਤੂੰ, ਇਹ ਤੂੰ ਤਾਂ ਸੁੱਤਾ ਪਿਆ ਸੀਗਾ। ਦੱਸਿਆ ਉਹਨੂੰ ਹੌਲੀ ਹੌਲੀ। ਕਹਿੰਦਾ ਅੱਛਾ? ਕਹਿੰਦਾ ਹਾਂ। ਫਿਰ ਆਸੇ ਪਾਸੇ ਵੇਖਦਾ ਵੀ ਆਹ, ਉਹ ਕਹਿੰਦਾ ਤੂੰ ਵਿਆਹ ਕਰਾਇਆ, ਅਸੀਂ ਵੀ ਕਰਾ ਲਿਆ, ਕਿ ਸਾਡੇ ਵੀ ਵਿਆਹ ਹੋ ਗਏ ਆ। ਹਾਂਜੀ। ਉਹ ਕਹਿੰਦਾ ਵੀ ਠੀਕ ਹੈ, ਫਿਰ ਬਹੁਤ ਮਿਲੇ। ਕਹਿੰਦਾ ਹੁਣ, ਕਹਿੰਦਾ ਹੁਣ ਆਪਾਂ ਐਂ ਕਰੀਏ ਵੀ ਹੁਣ ਆਪਾਂ ਹੋ ਗਏ ਹਾਂ ਕਬੀਲਦਾਰ ਅਤੇ ਹੁਣ ਕਿਹੜੇ ਆਪਾਂ ਜਾ ਕੇ ਨਿਸ਼ਾਨੇ ਲਾਉਣੇ ਆ, ਅਤੇ ਆਪਾਂ ਬਾਪੂ ਤੋਂ ਮਾਫ਼ੀ ਮੰਗ ਲੈਂਦੇ ਹਾਂ ਅਤੇ ਆਪਾਂ ਸਾਰੇ ਆਪਣੋ ਆਪਣੇ ਘਰ ਚੱਲੀਏ ਹੁਣ ਅਗੇ। ਹਾਂਜੀ। ਉਹ ਕਹਿੰਦਾ ਵੀ ਠੀਕ ਹੈ। ਉੱਥੋਂ ਫਿਰ ਇਹ ਚਾਰੇ ਲੜਕੀਆਂ ਉਹ ਅਤੇ ਚਾਰੇ ਇਹ ਯਾਰ ਦੋਸਤ ਹਾਂਜੀ ਉਡਨ ਕਟੋਲੇ ਦੇ ਵਿੱਚ ਬਹਿ ਕੇ ਅਤੇ ਕਹਿੰਦੇ ਚੱਲ ਵੀ ਉਡਨ ਕਟੋਲਿਆ ਸਾਡੇ ਵਾਲੇ ਸ਼ਹਿਰ ਚੱਲ ਅਤੇ ਆ ਰਾਜੇ ਵਾਲੇ ਸ਼ਹਿਰ ਆਪਦੇ ਉਤਰੇ। ਹਾਂਜੀ। ਉਤਰ ਕੇ ਅਤੇ ਰਾਜੇ ਤੋਂ ਮਾਫ਼ੀ ਮੰਗੀ ਅਤੇ ਮਾਫ਼ੀ ਆਪਣੇ ਆਮ ਕਹਿੰਦੇ ਆ ਵੀ ਜਿਹੜਾ ਕਿਸੇ ਤੋਂ ਮਾਫ਼ੀ ਮੰਗ ਲੈਣੀ ਉਹ ਵੀ ਬਹੁਤ ਵੱਡੀ ਗੱਲ ਹੈ ਅਤੇ ਮਾਫ਼ ਕਰ ਦੇਣਾ ਵੀ ਬਹੁਤ ਵੱਡੀ ਗੱਲ ਹੈ। ਵੀ ਇੱਕ ਬੰਦਾ ਮਾਫ਼ੀ ਮੰਗਣ ਨੂੰ ਤਿਆਰ ਆ, ਦੂਜਾ ਬੰਦਾ ਕਹਿੰਦਾ ਵੀ ਨਹੀਂ ਵੀ ਸੋਰੀ ਆਖੇ ਤੋਂ ਵੀ, ਹੈ ਨਾ। ਹਾਂਜੀ। ਤਾਂ ਉੱਥੇ ਆ ਕੇ ਫਿਰ ਉਹਨਾਂ ਨੇ ਚਾਰਾਂ ਨੇ ਮਾਫ਼ੀ ਮੰਗੀ ਰਾਜੇ ਤੋਂ ਵੀ ਸਾਥੋਂ ਗਲਤੀ ਹੋ ਗਈ, ਅਸੀਂ ਘਰੋਂ ਕਦਮ ਚੱਕ ਲਿਆ ਅਤੇ ਬਾਕੀ ਇਹ ਅੱਜ ਤੋਂ ਬਾਅਦ ਕਹਿੰਦਾ ਵੀ ਮੈਂ ਕੋਈ ਤੀਰ ਦਾ ਨਿਸ਼ਾਨਾ ਇਸ ਤਰ੍ਹਾਂ ਘੜਿਆਂ 'ਤੇ ਗਾਗਰਾਂ 'ਤੇ ਨਹੀਂ ਲਾਊਂਗਾ, ਵੈਸੇ ਸ਼ਿਕਾਰ ਖੇਡਣ ਜਾਇਆ ਕਰੂੰਗਾ। ਅਤੇ ਰਾਜਾ ਵੀ ਖੁਸ਼ ਹੋਇਆ, ਚਲੋ ਜਿਹਨੂੰ ਸਾਲ ਬਾਅਦ ਵਿਛੜਿਆ ਬੇਟਾ ਮਿਲ ਗਿਆ। ਹਾਂਜੀ। ਤਾਂ ਰਾਜਾ ਬੜਾ ਖੁਸ਼ ਹੋਇਆ, ਕਹਿੰਦਾ ਕੋਈ ਗੱਲ ਨਹੀਂ, ਰਹੋ ਮੌਜ ਕਰੋ। ਉਹਨਾਂ ਨੂੰ ਕਹਿੰਦਾ ਜੇ ਕਿਸੇ ਚੀਜ਼ ਦੀ ਲੋੜ ਹੈ ਤਾਂ ਕਹਿੰਦਾ ਮੈਨੂੰ ਦੱਸੋ, ਤੁਸੀਂ ਨਵੇਂ ਕਬੀਲਦਾਰ ਹੈ। ਤਾਂ ਇਸ ਤਰ੍ਹਾਂ ਫਿਰ ਉਹ ਸਾਰੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਆ ਕੇ ਉਸੇ ਤਰ੍ਹਾਂ ਰਹਿਣ ਬਹਿਣ ਰਸਣ ਵਸਣ ਲੱਗ ਗਏ ਹੈ। ਕੱਲ ਧੌਂਸ ਦੀ ਗੱਲ ਆਪਾਂ ਕਰ ਰਹੇ ਸੀਗੇ, ਤਾਂ ਇਸ ਤਰ੍ਹਾਂ ਰਾਜੇ ਸੀਗੇ ਕਈ, ਜਦੋਂ ਲੋੜ ਪੈਂਦੀ ਸੀ ਜੇ ਕਿਤੇ ਜ਼ਿਆਦਾ ਕਹਿਣੇ ਤੋਂ ਬਾਹਰ ਸੀ ਪਬਲਿਕ ਨੂੰ ਤੰਗ ਕਰਦਾ ਸੀ ਤਾਂ ਬਣੋਬਸਤ ਦੇ ਦਿੰਦੇ ਸੀ, ਇਸ ਤਰ੍ਹਾਂ ਦੇ ਸੀਗੇ ਜੀ ਉਸ ਸਮੇਂ ਦੇ ਵਿੱਚ। ਅਤੇ ਬਹੁਤ ਮਿਹਰਬਾਨੀ ਬਾਈ ਜੀ, ਬਹੁਤ ਹੀ ਵਧੀਆ ਸਟੋਰੀ ਸੀ। ਸੋ ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਵੀ ਇਹ ਅੱਜ ਵਾਲੀ ਕਹਾਣੀ ਬਹੁਤ ਵਧੀਆ ਲੱਗੀ ਹੋਊਗੀ। ਐਵੇਂ ਦੀਆਂ ਕਹਾਣੀਆਂ ਦੇਖਣ ਅਤੇ ਸੁਣਨ ਲਈ ਦੇਖਦੇ ਰਹੋ ਪੇਂਡੂ ਆਸਟ੍ਰੇਲੀਅਨ। ਦੋਸਤੋ, ਮੇਰੇ ਪੇਜ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਪਲੀਜ਼। ਸਤਿ ਸ਼੍ਰੀ ਅਕਾਲ।